वाहे गुरु जी, वाहे गुरु हम संतन की रेन प्यारे, हम संतन की शरणा, संत हमारी ओट सतानी, संत हमारा गहना, हम संतन की रेन प्यारे, हम संतन की शरणा। मैं हर हर नाम तरसोई, ज्यो पावे त्यों राख मेरे साहेब, ज्यो पावे राख मेरे साहेब, मैं तुझ बिन अब न कोई, मैं तुझ बिन अब न कोई। पव जल निध पारी, राख राख मेरे बीठला, राख राख मेरे बीठला, जन शरण तुम्हारी। हमरी कनत नगनिया काई, अपना विरत पशान, हाथ दे राखे करे अपने, सदा सदा रंग मान, ज्ञान ध्यान किछ कर्म न जाना, सार न जाना तेरी, सब ते वड़ा सतगुरु नानक, जिन कल राखी मेरी। तुमरी शरण तुम्हारी आसा, तुम ही सजन सुहेले, राखो राखन हार दयाला, नानक करके गोले। धन गुरु नानक। इको ओंकार सतनाम करता निरपहो
ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਧੰਨ ਗੁਰੂ ਨਾਨਕ ਧੰਨ ਗੁਰੂ ਸਾਹਿਬਜ਼ਾਦਿਆਂ ਦੇ ਪਵਿੱਤਰ ਦਿਹਾੜੀ ਇਸ ਪੋਹ ਦੇ ਮਹੀਨੇ ਦੇ ਸ਼ਹੀਦ ਸਿੰਘ ਤੇ ਸ਼ਹੀਦੀ ਸਿੰਘਣੀਆਂ ਜਿਨ੍ਹਾਂ ਦੀਆਂ ਸਾਖੀਆਂ ਚਰਿੱਤਰ ਆਪ ਥਾਂ ਥਾਂ ਤੇ ਸੁਣ ਰਹੇ ਹੋ ਹੁਣੇ ਗੁਰਮੁਖ ਪਿਆਰੇ ਸੁਣਾ ਰਹੇ ਸਨ ਨਮਸਕਾਰ ਹੈ
ਚਾਰ ਸਾਹਿਬਜ਼ਾਦਿਆਂ ਦੀ ਪਦਵੀ ਬਹੁਤ ਵੱਡੀ ਹੈ। ਸਭ ਪਾਸੇ ਪੰਜ ਪਿਆਰਿਆਂ ਦੇ ਸਥਾਨ ਨੂੰ ਬਹੁਤ ਉੱਚਾ ਮੰਨਦੇ ਹਾਂ, ਪਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹਿਲੋ ਅਰਦਾਸ ਚਾਰ ਸਾਹਿਬਜ਼ਾਦਿਆਂ ਦੀ, ਦਸਾਂ ਗੁਰੂਆਂ ਦੀ ਤੇ ਚਾਰ ਸਾਹਿਬਜ਼ਾਦਿਆਂ ਦੀ ਅਰਦਾਸ ਹੁੰਦੀ ਹੈ। ਨਾਮ ਲੈ ਕੇ ਸਾਹਿਬਜ਼ਾਦਾ, ਚਾਰ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸੰਗਤਾਂ ਚ ਬੋਲਦੀਆਂ ਉੱਚੀ ਉੱਚੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਇਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੁਰਾਤਨ ਨਿਹੰਗ ਸਿੰਘਾਂ ਵਿੱਚ ਇਹ ਪੁਰਾਤਨ ਮਰਯਾਦਾ ਇਸ ਤਰ੍ਹਾਂ। ਨਾਨਕ ਸਰ ਵਿੱਚ ਵੀ ਅਰਦਾਸ ਹੁੰਦੀ ਹੈ, ਦਸ ਪਾਤਸ਼ਾਹੀਆਂ, ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਫਿਰ ਇਹਨਾਂ ਦੀ ਅਰਦਾਸ। ਪਹਿਲੇ ਪਰਮਾਤਮਾ ਦੀ ਉਸ ਸ਼ਕਤੀ ਦੀ ਅਰਦਾਸ ਸੀ ਜਿਹੜੇ ਪੂਰੇ ਸੰਸਾਰ ਵਿੱਚ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ। ਪਹਿਲੋਂ ਇਹ ਭਗਵਤੀ ਦੀ ਅਰਦਾਸ, ਫਿਰ ਦਸਾਂ ਗੁਰੂਆਂ ਦੀ, ਫਿਰ ਦਸਾਂ ਗੁਰੂਆਂ ਦੇ ਸਰੂਪ ਸਾਕਸ਼ਾਤ ਰੱਬ। ਕੱਲ 12 ਵਜੇ ਸੀ ਤੇ ਤਿਆਰੀ ਕਰ ਰਹੇ ਸਨ ਤੇ 12 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਘੜਿਆਲ ਦੀ ਆਵਾਜ਼ ਵੱਜੀ ਤੇ ਮੈਂ ਅੰਦਰ ਸੀ ਕਮਰੇ ਚ, ਪਤਾ ਲੱਗਿਆ ਗੁਰੂ ਸਾਹਿਬ ਆ ਰਹੇ ਨੇ ਇੱਧਰ। ਆਖੋ ਸੀ ਉੱਧਰ ਕਲਗੀਧਰ ਪਾਤਸ਼ਾਹ ਰਾਤ ਨੂੰ ਕਿਲ੍ਹਾ ਗੜੀ ਛੱਡ ਰਹੇ, ਤਾੜੀ ਮਾਰ ਕੇ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਲਗੀਧਰ ਪਾਤਸ਼ਾਹ ਦਾ ਹੀ ਰੂਪ। ਮਹਾਂ ਸੰਪੜ ਪਾਠ ਰੱਖਣੇ ਆ, ਕੋਈ ਪਾਠੀ, ਕੋਈ ਸੇਵਾਦਾਰ ਮਾਈ ਭਾਈ, ਕਹਿੰਦੇ ਜੀ ਅਜੇ ਤਾਂ ਇਕੱਲੇ ਗੁਰੂ ਸਾਹਿਬ ਹੀ ਨੇ। ਮੈਂ ਕਿਹਾ ਉੱਧਰ ਵੀ ਇਕੱਲੇ ਗੁਰੂ ਸਾਹਿਬ ਹੀ ਨੇ ਅੱਜ ਮਾਛੀਵਾੜੇ ਦੇ ਜੰਗਲਾਂ ਚ। ਫਿਰ ਦੋ ਸਿੰਘ ਆ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ। ਫਿਰ ਦੋ ਗੁਰੂ ਕੇ ਬਖਸ਼ੀਆਂ ਰੂਹਾਂ ਗਣੀ ਖਾਨ, ਡੱਬੀ ਖਾਨ, ਜਿਹਨਾਂ ਆਪਣਾ ਘਰ ਬਾਰ ਵੀ ਦਾ ਤੇ ਲਾ ਤੇ ਗੁਰੂ ਸਾਹਿਬ ਦੇ ਪਿੱਛੇ। ਫਿਰ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇੱਕ ਸਿੱਖਾਂ ਦਾ ਘਰ ਸੀ, ਗੁਰੂ ਘਰ ਦਾ ਮਸੰਦ ਸੀ, ਮਾਛੀਵਾੜੇ ਦਾ ਖਾਸ, ਜਿਵੇਂ ਕਿਸੇ ਸਥਾਨ ਦਾ ਖਾਸ ਸੇਵਕ ਹੋਵੇ ਜਿਹੜਾ ਉਸਨੂੰ ਸਮਰਪਿਤ ਹੋਵੇ ਵੀ ਇੱਥੇ ਲੈ ਆਪਣੇ ਲੱਖੇ ਦੇ ਵਿੱਚ ਇਹ ਨਾਨਕਸਰ ਬਾਬੇ ਆਨੰਦ ਸਿੰਘ ਦਾ ਖਾਸ ਸੰਗੀ, ਮੁੜ ਤੋਂ ਲੈ ਕੇ ਉੱਚੋ ਵਾਲਿਆਂ ਦੇ ਖਾਸ ਸੇਵਕ
ਜਿੱਥੋਂ ਝੋਲੀਆਂ ਭਰੀਆਂ ਹੋਣ, ਜਿੱਥੋਂ ਦਾਤਾਂ ਮਿਲੀਆਂ ਹੋਣ, ਉਹੀ ਰੱਬ ਹੁੰਦਾ ਹੈ। ਉਹਦੇ ਵਿੱਚ ਹੀ ਸਾਰਾ ਕੁਝ ਛੁਪਿਆ ਹੁੰਦਾ, ਸਾਰੇ ਗੁਰੂ ਸਾਰੇ ਪਰਮਾਤਮਾ ਸ਼ਕਤੀਆਂ ਜਿੱਥੋਂ ਦਾਤਾਂ ਮਿਲੀਆਂ ਹੋਣ, ਸਭ ਕੁਝ ਉੱਥੇ ਹੀ ਹੁੰਦਾ, ਜਿੱਥੋਂ ਪ੍ਰਾਪਤੀ ਹੁੰਦੀ ਹੈ। ਬੜੇ ਧਰਮ ਨੇ, ਬੜੇ ਪੰਥ ਨੇ, ਬੜੇ ਸੰਤ ਭਗਤ ਨੇ, ਹਰ ਇੱਕ ਨੂੰ ਆਪਣੀ ਸ਼ਰਧਾ ਭਾਵਨਾ ਨਾਲ ਰੱਬ ਦੀਆਂ ਪ੍ਰਾਪਤੀਆਂ ਹੋਈਆਂ ਨੇ। ਕਿਸੇ ਨੂੰ ਕਿਸੇ ਤਰੀਕੇ, ਕਿਸੇ ਨੂੰ ਕਿਸੇ ਤਰੀਕੇ, ਉਹ ਫਿਰ ਉੱਥੇ ਹੀ ਸਮਰਪਿਤ ਰਿਹਾ ਹੈ ਸਾਰਾ, ਉਹਨਾਂ ਨੂੰ ਹੀ ਸੌਂਪਿਆ ਸਾਰਾ ਕੁਝ। ਤਨ ਮਨ ਤੇਰਾ ਤੂੰ ਹੀ ਆਸਰਾ ਹੈ ਮੇਰਾ, ਹੇ ਗੁਰੂ ਤਨ ਵੀ ਤੇਰਾ, ਮਨ ਵੀ ਤੇਰਾ, ਆਸਰਾ ਵੀ ਤੇਰਾ। ਇੱਕ ਤੇਰੇ ਦਰ ਡਿੱਗਾ ਕੇ ਦਾਸਰੋ ਤਹਾਰੋ ਜੀ, ਤੁਹਾਡੇ ਦਰਬਾਰ ਵਿੱਚ ਆਣ ਕੇ ਡਿੱਗਿਆ ਤੁਹਾਡਾ ਦਾਸ। ਕਹੋ ਕਾਰ ਸੁਕਮਾਵਾਂ, ਜਿੱਥੇ ਭੇਜੋ ਉੱਥੇ ਜਾਵਾਂ, ਬਾਂਹ ਪਕੜੇ ਦੀ ਲਾਜ ਤੁਸੀਂ ਬਿਰਦ ਸਮਾਰੋ ਜੀ, ਮੈਨੂੰ ਜਿਹੜੀ ਕਾਰ ਕਹੋਗੇ ਮੈਂ ਕਰਾਂਗਾ, ਜਿੱਥੇ ਭੇਜੋਗੇ ਉੱਥੇ ਜਾਵਾਂਗਾ, ਬਾਂਹ ਫੜਿਆਂ ਦੀ ਮੇਰੀ ਲਾਜ ਰੱਖ। ਕਹੋ ਕਾਰ ਸੁਕਮਾਵਾਂ, ਜਿੱਥੇ ਭੇਜੋ ਉੱਥੇ ਜਾਵਾਂ, ਬਾਂਹ ਪਕੜੇ ਦੀ ਲਾਜ ਤੁਸੀਂ ਬਿਰਦ ਸਮਾਰੋ ਜੀ। ਚਾਕਰੋ ਕਾ ਚੱਕ ਤੇਰੇ ਦਸ ਨੂੰ ਦਸਾਂ ਦਾਸ, ਗੋਲਾ ਲਾਲਾ ਤੇਰਾ ਮੇਰੇ ਔਗਣ ਨਾ ਵਿਚਾਰੋ ਜੀ। ਤੇਰੇ ਮੈਂ ਸੇਵਕਾਂ ਦਾ ਸੇਵਕ, ਤੇਰੇ ਦਾਸਾਂ ਦਾ ਦਾਸ, ਤੇਰਾ ਗੋਲਾ ਮੇਰੇ ਔਗਣ ਨਾ ਵਿਚਾਰੋ। ਇੱਕ ਪਲ ਵਿਸਰੇ ਨਾ ਚਰਨ ਤਿਹਾਰੋ, ਦਾਤਾ ਮੇਰੀ ਅਰਦਾਸ ਤੁਹਾਡੇ ਚਰਨ ਵਿਸਰਨ ਨਾ। ਭਾਵ ਤੇ ਭਗਤ ਨਾਮ ਝੋਲੀ ਖੈਰ ਪਾਵੋ ਜੀ, ਜਿਹਨੂੰ ਸੌਂਪਤਾ ਸਾਰਾ ਕੁਝ ਸਮਰਪਿਤ ਕਰਦਾ। ਇੱਧਰ ਜਿੱਥੇ ਸਿਰ ਧਰਤਾ ਹੈ ਜਿੰਨਾ ਅੱਗੇ ਉਹੀ ਸਭ ਕੁਝ। ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਅੱਗੇ ਸੌਂਪਤਾ, ਕੀ ਉਸ ਤੋਂ ਵੱਡਾ ਕੋਈ ਹੈ ਨਹੀਂ ਸੀ, ਕੋਈ ਵੱਡੇ ਗੁਰੂ ਨਹੀਂ ਸੀ, ਕੋਈ ਵੱਡਾ ਅਕਾਲ ਪੁਰਖ ਜਾਂ ਸ਼ਕਤੀਆਂ ਨਹੀਂ ਸੀ, ਸਭ ਕੁਝ ਸੀ, ਪਰ ਸੇਵਕ ਵਾਸਤੇ ਵੱਡਾ ਸੁਆਮੀ। ਜੇ ਕਿਤੇ ਹੋਰ ਪਾਸੇ ਜਾਂਦਾ ਤੇ ਭਟਕਣਾ ਬਣ ਜਾਂਦੀ, ਭਟਕਦਾ ਹੈ, ਪ੍ਰਾਪਤੀ ਨਹੀਂ ਹੁੰਦੀ। ਸੇਵਕ ਵਾਸਤੇ ਸੁਆਮੀ ਹੀ ਰੱਬ ਹੁੰਦਾ, ਹੋਰ ਨਹੀਂ ਕੋਈ ਥਾਂ। ਜਿਸ ਪੈ ਕਰੋ ਬੇਨਤੀ ਮੇਰੇ ਗੁਰੂ, ਹੋਰ ਥਾਂ ਹੀ ਨਹੀਂ ਮੇਰਾ ਕੋਈ। ਬਾਬਾ ਈਸ਼ਰ ਸਿੰਘ ਜੀ ਨੂੰ ਬਾਬਾ ਨੰਦ ਸਿੰਘ ਜੀ ਕੱਢਦੇ ਆ ਕਈ ਵਾਰੀ ਗਲਤੀ ਤੋਂ, ਦੋ ਚਾਰ ਵਾਰੀ ਐਸਾ ਹੋਇਆ। ਉਹ ਕਹਿੰਦੇ ਮੈਂ ਕਿੱਥੇ ਜਾਵਾਂ, ਮੇਰੀ ਕੋਈ ਜਗ੍ਹਾ ਹੀ ਨਹੀਂ, ਬਸ ਮੈਂ ਇੱਥੇ ਹੀ ਬੈਠਾ ਤੁਹਾਡੇ ਦਰਬਾਰ ਤੇ, ਠੰਡ ਚ, ਗਰਮੀ, ਸਰਦੀ ਚ, ਭੁੱਖੇ ਭਾਣੇ ਬੈਠੇ ਰਹੇ। ਜਿੱਥੇ ਕਿੱਥੇ ਬੈਠੇ ਰਹੇ, ਕਿਤੇ ਨਹੀਂ ਗਏ। ਆਪਣੇ ਗੁਰੂ ਦੇ ਬਣ ਕੇ ਰਹਿਣਾ, ਆਪਦੇ ਗੁਰੂ ਦੇ ਅੱਗੇ ਹੀ ਤਨ ਮਨ ਧਨ ਸਭ ਸੌਂਪਣਾ ਹੈ, ਉੱਥੇ ਹੀ ਸਭ ਕੁਝ। ਸਵਾਮੀ ਕੋ ਗ੍ਰਹਿਓ ਜਿਉਂ ਸਦਾ, ਸਵਾਣ ਤਜਤ ਨਹੀਂ ਨਿਤ,
ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਇਵੇਂ ਰੱਬ ਨੂੰ ਸਿਮਰ। ਮਾਲਕ ਹੈ, ਮਾਲਕ ਲਖਾਣੇ, ਘਰ ਲਖਾਣੇ, ਪਰ ਕੁੱਤੇ ਵਾਸਤੇ ਕੁੱਤੇ ਦਾ ਮਾਲਕ ਹੀ ਸਭ ਕੁਝ। ਇੱਥੋਂ ਸਭ ਕੁਝ ਮਿਲਦਾ ਹੈ ਗੁਰੂ ਦੇ ਦਰਬਾਰ ਚ। ਮੇਰਾ ਗੁਰੂ ਦਾ ਹੀ ਦਰਬਾਰ ਸਭ ਤੋਂ ਉੱਚਾ ਹੈ। ਫਿਰ ਜਿਹਨੇ ਦਾਤਾਂ ਪ੍ਰਾਪਤ ਕੀਤੀਆਂ, ਉਹਨੇ ਕਿਹਾ ਮੇਰੇ ਗੁਰੂ ਦਾ ਦਰਬਾਰ ਉੱਚਾ ਹੈ। ਸਭ ਵਾਸਤੇ ਆਪਣੇ ਆਪਣੇ ਸਵਾਮੀ ਦਾ ਸਥਾਨ ਉੱਚਾ ਹੁੰਦਾ। ਸਭ ਤੋਂ ਉੱਚਾ ਦੁਆਰਾ ਗੁਰੂ ਦਾ, ਬਾਕੀ ਸਾਰੇ ਨੀਵੇਂ। ਅੱਜ ਆਪਾਂ, ਬਾਬਾ ਜੀ ਕਹਿੰਦੇ ਸੀ ਫਿਰ ਚਾਰ ਸਾਹਿਬਜ਼ਾਦੇ, ਫਿਰ ਹੈ ਪੰਜ ਪਿਆਰੇ। ਸਾਹਿਬਜ਼ਾਦੇ ਸੱਚਖੰਡ ਦੇ ਅੰਦਰ ਖੜੇ ਨੇ, ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ। ਪੰਜ ਪਿਆਰੇ ਬਾਹਰ ਦਰਵਾਜ਼ੇ 'ਤੇ ਖੜੇ ਆ। ਉੱਥੇ ਪੰਜ ਪਿਆਰੇ ਗੁਰੂ ਦੇ ਬਣਾ ਕੇ ਗੁਰੂ ਦਾ ਰੂਪ ਖਿਲਾਰੇ ਗਏ। ਸਾਹਿਬਜ਼ਾਦੇ ਗੁਰੂਆਂ ਦੇ ਨਾਲ ਹੈ। ਪਹਿਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਵਾਨ ਹੋਈ, ਫਿਰ ਪੰਜਾਂ 'ਚੋਂ ਦੋ ਪਿਆਰੇ ਰਹਿ ਗਏ, ਤਿੰਨਾਂ ਦੀ ਸ਼ਹੀਦੀ ਨਾਲ ਸਿੰਘ ਬਹੁਤ। ਅੱਜ ਗੁਰੂ ਘਰ ਦਾ ਪੁਰਾਣਾ ਸੇਵਕ, ਗੁਰੂ ਘਰ ਦਾ ਮਸੰਦ ਗੁਲਾਬਾ ਸਿੰਘ, ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਸਾਨੂੰ ਆਪਦੀ ਘੋੜੀ ਦੇ, ਵੀ ਸਾਡਾ ਘੋੜਾ ਵੀ, ਸਾਡੇ ਪੁੱਤ ਵੀ, ਪਰਿਵਾਰ ਸਭ ਸ਼ਹੀਦ ਹੋ ਗਏ, ਹੁਣ ਤੁਸੀਂ ਹੀ ਸਾਡੇ ਪੁੱਤਰ ਹੋ, ਤੁਸੀਂ ਹੀ ਅਜੀਤ ਹੋ, ਤੁਸੀਂ ਹੀ ਜਜਾਰ ਹੋ, ਤੁਸੀਂ ਹੀ ਸਿੱਖ ਮੇਰੇ ਜ਼ੋਰਾਵਾਰ ਤੇ ਫਤਿਹ ਸਿੰਘ। ਇਹਦੇ ਕੋਲ ਘੋੜੀ ਬੜੀ ਵਧੀਆ ਸੀ, ਗੁਰੂ ਸਾਹਿਬ ਨੂੰ ਪਤਾ ਸੀ, ਜਾਂਦਾ ਸੀ ਆਨੰਦਪੁਰ ਦਾ ਸੇਵਕ ਸੀ। ਘੋੜੇ ਘੋੜੀਆਂ ਦੀ ਖਾਸ ਪਛਾਣ ਹੁੰਦੀ ਸੀ। ਹੁਣ ਮਹਾਰਾਜ ਦਾ ਘੋੜਾ ਵੀ ਨਹੀਂ, ਘੋੜੇ ਬੇਅੰਤ ਸੀ ਕਲਗੀਧਰ ਪਾਤਸ਼ਾਹ ਦੀ, ਪਰ ਸਭ ਕੋਈ ਸ਼ਹੀਦੀਆਂ ਪਾ ਚੁੱਕੇ ਸੀ। ਮਹਾਰਾਜ ਇਕੱਲੇ ਹੀ ਸੀ, ਫਿਰ ਸਿੰਘ ਰਲੇ ਆਣ ਕੇ, ਗਣੀ ਨਬੀ ਖਾਨ ਸੀ, ਉਹਨਾਂ ਦੀ ਬੇਟੀ ਸੀ, ਉਹ ਬੜੀ ਬਹਾਦਰ ਸੀ, ਉਹ ਪਹਿਰਾ ਦਿੰਦੀ ਸੀ, ਕੋਈ ਇੱਧਰੋਂ ਉੱਧਰੋਂ ਆਏਗਾ ਤੇ ਮੈਂ ਜੰਗ ਲੜ ਕੇ ਸ਼ਹੀਦ ਹੋਵਾਂਗੀ, ਗੁਰੂ ਸਾਹਿਬ ਸਾਡੇ ਘਰ ਰਹਿਣਗੇ। ਆਖੋ ਕਿਸੇ ਸਿੱਖਾਂ ਨਾ ਚੱਲੇ, ਉਹਨਾਂ ਨੇ ਪਤਾ ਨਹੀਂ ਕਿਹੜਾ ਪੁੰਨ ਕੀਤਾ ਸੀ, ਉਹਨਾਂ ਦੇ ਘਰੇ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ। ਸਿੱਖ ਨੇ ਕਿਹਾ ਜੀ ਮੇਰੀ, ਇਹਨੇ ਕਿਹਾ ਵੀ ਘੋੜੀ ਗੁਰੂ ਸਾਹਿਬ ਲੈ ਗਏ, ਪਤਾ ਨਹੀਂ ਕੀ ਹੋਏਗਾ, ਬੜੀ ਮਹਿੰਗੀ ਘੋੜੀ ਹੈ, ਬੜੀ ਤੇਜ਼। ਕਹਿੰਦਾ ਜੀ ਦੂਸਰੀ ਘੋੜੀ ਲੈ ਜਾਓ, ਤੁਸੀਂ ਦੂਸਰਾ ਘੋੜਾ ਜਾਂ ਘੋੜੀ ਲੈ ਜਾਓ। ਗੁਰੂ ਸਾਹਿਬ ਕਹਿੰਦੇ ਉਹ ਸਾਡੀ ਮਾਰ ਨਹੀਂ ਚੱਲ ਸਕਦੇ, ਮਾਹੌਲ ਬਹੁਤ ਭਿਆਨਕ ਬਣਿਆ ਹੋਇਆ, ਚਾਰੇ ਪਾਸੇ ਢੂੰਡ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਸਾਨੂੰ ਤਾਂ ਉਹੀ ਘੋੜੀ ਚੱਲ ਸਕਦੀ ਹੈ, ਉਹ ਬੜੀ ਤੇਜ਼ ਤੇ ਬੜੀ ਹੁਸ਼ਿਆਰ ਹੈ। ਇਹਨੇ ਕਿਹਾ ਜੇ ਮੈਂ ਦੇ ਦਿੱਤੀ ਤੇ ਉਹ ਤਾਂ ਫਿਰ ਗਈ ਅੱਗੇ, ਗੁਰੂ ਸਾਹਿਬ ਦੇ ਘੋੜੇ ਵੀ ਗਏ।
ਕਹਿੰਦਾ ਜੀ ਉਹ ਮੇਰਾ ਜਵਾਈ ਲੈ ਕੇ ਗਿਆ ਹੋਇਆ ਕਿਤੇ ਬਾਹਰ। ਸਤਿਗੁਰ ਕਹਿੰਦੇ ਅਸੀਂ ਉਨੀ ਦੇਰ ਰੁਕ ਜਾਵਾਂਗੇ। ਉਹਦਾ ਮਹਾਰਾਜ ਕੋਈ ਪਤਾ ਨਹੀਂ, ਤੁਸੀਂ ਦੂਸਰੀ ਲਿਜਾਣੀ ਤੇ ਲੈ ਜਾਓ, ਉਹ ਨਹੀਂ ਆ ਸਕਦੀ। ਗੁਰਸਾਹਿਬ ਕਹਿੰਦੇ ਦੂਜੀ ਸਾਡੀ ਮਾਰ ਨਹੀਂ ਸਹਿ ਸਕਦੀ। ਸਿੰਘਾਂ ਨੇ ਆਖਿਆ ਹੇ ਗਰੀਬ ਨੂੰ ਆ ਜਾ, ਤੁਹਾਡਾ ਸਿੱਖ ਤੁਹਾਡੇ ਚਰਨਾਂ ਦੀ ਓਟ ਲੈ ਕੇ ਹੁਣ ਤੱਕ ਇਹ ਪਰਿਵਾਰ ਜੀਂਦੇ ਨੇ, ਅੱਜ ਆਪ ਜੀ ਨੂੰ ਘੋੜੀ ਤੋਂ ਹੀ ਜਵਾਬ ਦੇ ਦੇਣੇ। ਤੇ ਮਹਾਰਾਜ ਅਸੀਂ ਹਾਂ, ਸਾਡੇ ਮੋਢੇ, ਅਸੀਂ ਤੁਹਾਡੇ ਘੋੜੇ ਹੀ ਹਾਂ। ਖੁਸ਼ੀ ਗਣੀ ਨਵੀਂ ਖਾਂ ਮੁਸਲਮਾਨ ਕਹਿੰਦੇ ਜੀ ਅਸੀਂ ਤੁਹਾਡੇ ਘੋੜੇ ਹੀ ਹਾਂ, ਸਾਡੇ ਉੱਪਰ ਸਵਾਰ ਹੋ, ਮੰਜੇ ਤੇ ਬੈਠੋ, ਤੁਹਾਡਾ ਪੜ੍ਹਨ ਚੱਕਾਂਗੇ। ਗੁਰੂ ਸਾਹਿਬ ਇਹਨੇ ਜਵਾਬ ਦੇਤਾ। ਗੁਰੂ ਸਾਹਿਬ ਫਿਰ ਮੰਜੇ ਤੇ ਉੱਚਦੇ ਪੀਰ ਬਣ ਕੇ ਭੇਸ ਬਿਠਾ ਕੇ ਅੱਗੇ ਥਾਂ ਥਾਂ ਸੂਹੇ ਜਸੂਸ ਫਿਰਦੇ ਆ, ਲੱਭਦੇ ਫਿਰਦੇ ਆ। ਇਹ ਚਾਰ ਮਰੀਦ ਬਣੇ ਆ, ਮੁਸਲਮਾਨੀ ਬਾਣਾ ਤਾਰੇ ਆ, ਮਾਇਆ ਵਰਤਾਈ ਕਲਗੀ ਤਰਪਾਸ਼ ਉੱਚ ਦੇ ਪੀਰ ਬਣੇ ਆ। ਉਹਨੇ ਗੁਰੂ ਸਾਹਿਬ ਨੂੰ ਘੋੜੀ ਤੋਂ ਜਵਾਬ ਦਿੱਤਾ ਤੇ ਘਰੇ ਗਿਆ। ਮੋਹ ਸੀ ਬੜਾ, ਹਨੇਰੇ ਚ ਅੰਦਰ ਘੋੜੀ ਬਣਦੀ ਸੀ, ਕਿਤੇ ਮਹਾਰਾਜ ਆ ਕੇ ਦੇਖ ਨਾ ਲੈ ਨਾ ਜਾਣ, ਲੁਕੋ। ਜਦੋਂ ਗਿਆ ਘੋੜੀ ਨੂੰ ਆਵਾਜ਼ ਦਿੱਤੀ, ਅੱਗੋਂ ਨੇ ਫੁਕਾਰਾ ਹੀ ਨਹੀਂ ਮਾਰੇ। ਨੇੜੇ ਹੋਇਆ ਏ, ਕਿਉਂਕਿ ਘੋੜੀ ਨੂੰ ਫਣੀਅਰ ਕਾਲਾ ਨਾ ਡੰਗ ਮਾਰਿਆ ਸੀ ਤੇ ਉਹ ਮਰ ਚੁੱਕੀ ਸੀ। ਆਖੋ ਜੀ ਕਿ ਇਹ ਜੇ ਗੁਰੂ ਸਾਹਿਬ ਨੂੰ ਜਵਾਬ ਨਾ ਤੇ ਭਈ ਫਿਰ ਧਰਤੀ ਨਹੀਂ ਭਾਰ ਚੱਕਦੀ। ਜੇ ਆਪਾਂ ਗੁਰੂਆਂ ਨੂੰ ਜਵਾਬ ਦਿਆਂਗੇ, ਗੁਰੂਆਂ ਦਾ ਹੀ ਸਭ ਕੁਝ, ਤੇ ਫਿਰ ਧਰਤੀ ਨੇ ਭਾਰ ਨਹੀਂ ਚੱਕਣਾ। ਉਦੋਂ ਹੀ ਮਾਰਿਆ ਉਹਨੂੰ ਡੰਗ, ਘੋੜੀ ਮਰ ਗਈ ਜਦੋਂ ਉਹਨੇ ਨਾ ਕੀਤੀ। ਬਚਾਉਂਦਾ ਸੀ ਕਿਤੇ ਗੁਰੂ ਗੋਬਿੰਦ ਸਿੰਘ ਪਿੱਛੇ, ਮੇਰੀ ਇੰਨੀ ਵਧੀਆ ਘੋੜੀ ਇਹਨਾਂ ਚਲੀ ਜਾਵੇ ਕਿਤੇ ਐਵੇਂ। ਮਹਾਰਾਜਾ ਕੀ ਪਤਾ ਕਿੱਥੇ ਘੇਰੇ, ਅੱਗੇ ਪੁੱਤਰ ਨਹੀਂ ਰਹੇ, ਸਿੰਘ ਨਹੀਂ ਰਹੇ, ਇਹ ਜਿਹੜੇ ਦੋ ਚਾਰ ਇਹ ਪਤਾ ਨਹੀਂ ਕਿੱਥੇ ਕਾਬੂ ਆ ਜਾਣੇ ਆ। ਅੱਜ ਗੁਰੂ ਤੇ ਵੀ ਭਰਮ ਆ ਗਿਆ, ਗੁਰੂ ਤੇ ਵੀ ਸੰਸਾ ਆ ਗਿਆ, ਗੁਰੂ ਵੀ ਕਮਜ਼ੋਰ ਲੱਗਣ ਲੱਗਾ। ਇਹ ਸਾਡੀਆਂ ਕਮਜ਼ੋਰੀਆਂ ਨੇ, ਜਿਸ ਦਿਨ ਸਾਨੂੰ ਗੁਰੂ ਦੀਆਂ ਕਮੀਆਂ ਦਿਸਦੀਆਂ, ਕਮੀਆਂ ਸਾਡੀਆਂ ਹੁੰਦੀਆਂ। ਜਿਸ ਦਿਨ ਗੁਰੂ 'ਚ ਕਮਜ਼ੋਰੀਆਂ ਦਿਸਦੇ ਹਾਂ, ਅਸੀਂ ਕਮਜ਼ੋਰੀਆਂ ਸਾਡੇ ਅੰਦਰ ਪ੍ਰਵੇਸ਼ ਕਰ ਚੁੱਕੀਆਂ, ਸਾਰੇ ਭਰਮ ਸਾਨੂੰ ਘੇਰਦੇ ਆ, ਅਸੀਂ ਗਲਤ। ਉਹਨੇ ਘੋੜੀ ਤੋਂ ਜਵਾਬ ਦਿੱਤਾ, ਘੋੜੀ ਨੂੰ ਸੱਪ ਨੇ ਮਾਰਿਆ, ਇਹ ਗਿਆ ਤੇ ਘੋੜੀ ਤੇ ਹੱਥ ਫੇਰਨ ਲੱਗਾ ਵੀ ਕੀ ਹੋਇਆ। ਤੇ ਉਹ ਸੱਪ ਉੱਥੇ ਹੀ ਬੈਠਾ ਸੀ ਵੀ ਭਾਈ ਆ ਜਾ, ਮੈਂ ਤੈਨੂੰ ਉਡੀਕ ਰਿਹਾ, ਤੂੰ ਗੁਰੂਆਂ ਦੀ ਸਿੱਖੀ ਕਮਾਇਆ, ਕਮਾ ਕੇ ਆਹ ਸਿੱਖਿਆ ਏ ਕਿ ਔਖੇ ਸਮੇਂ ਗੁਰੂਆਂ ਨੂੰ ਜਵਾਬ ਦੇ ਦਿਓ। ਆਖੋ ਸਹਿਬ ਸੰਕਟ ਮੈਂ ਸੇਵਕ ਭੱਜੇ, ਮਾਲਕ ਤੇ ਸੰਕਟ ਬਣਿਆ ਤੇ ਸੇਵਕ ਮੂੰਹ ਮੋੜੇ। ਫਿਰ ਕਹਿੰਦੇ ਚਰਨਕਾਰ ਨਾ ਰਹੇ ਦੋ ਕੁੱਲ ਲੱਜੇ, ਇੱਥੋਂ ਵੀ ਮਰੇਗਾ ਦਰਗਾਹ ਰੱਬ ਵੱਲੋਂ, ਗੁਰੂ ਵੱਲੋਂ ਵੀ ਮਰੇਗਾ, ਜੱਗ ਵੱਲੋਂ ਵੀ ਮਰੇਗਾ, ਦੋਹਾਂ ਲੋਕਾਂ ਦੀ ਲਾਜ ਲੱਗੇਗੀ ਜੇ ਔਖੇ ਸਮੇਂ ਜਵਾਬ ਦਿੱਤਾ। ਸਹਿਬ ਸੰਕਟ ਵੇ ਸੇਵਕ ਭੱਜੇ, ਔਖੇ ਸਮੇਂ ਚ ਮੂੰਹ ਮੋੜਦਾ ਗੁਰੂ ਤੋਂ, ਅਜ ਔਖੀਆਂ ਬਣੀਆਂ ਤੇ ਵੇਖੀ ਫਿਰ
ਗੰਗੂ ਬਾਹਮਣ ਦਾ ਵੀ ਇਹੋ ਹਾਲ ਹੋਇਆ। ਸੌਖੇ ਸਮੇਂ ਰਸੋਈਆ ਬਣਿਆ ਰਿਹਾ ਹੈ, ਅੱਜ ਔਖੇ ਸਮੇਂ ਵੈਰੀ ਬਣ ਗਿਆ। ਲੈ ਗਿਆ ਲਾਣ ਤਾਂ ਸੰਭਾਲ ਵੇ, ਜਾਵੇ ਗੰਗੂ ਪਾਪੀਆ ਤੂੰ ਲਾਣ ਤਾਂ ਸੰਭਾਲ ਵੇ। ਲੈ ਲਾ ਲਾਣ ਤਾਂ ਸਾਰੀਆਂ, ਉਹ ਗੰਗੂ ਰਸੋਈਆ ਤੋ ਗੰਗੂ ਪਾਪੀ, ਗੁਰੂ ਘਰ ਦੇ ਸੇਵਕ ਤੋਂ ਅੱਜ ਪਾਪੀ ਬਣ ਗਿਆ, ਰਸੋਈਆ ਤੋਂ ਵੈਰੀ ਬਣ ਗਿਆ। ਧਣ ਪਿੱਛੇ ਗੁਰੂ ਸਾਹਿਬ ਤੋਂ ਪੜੋਗੇ ਗੰਗੂ ਪਾਪੀ ਦੀ ਕਵਿਤਾ। ਧੰਨ ਗੁਰੂ ਨਾਨਕ, ਤਾਰਨਾ ਲਾ ਲਾ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕੋਲ। ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, 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 ਜੀ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ, ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਜੀ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਸਪੀਕਰ ਵਾਲਾ ਬੰਦਾ ਬੈਠਿਆ ਕਰੋ ਕੋਈ ਨਾਲ, ਜੀ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ, ਜੀ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ 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 ਨਦੀ ਦੇ ਕਿਨਾਰੇ, ਜੀ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ, ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ, ਜੀ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ, ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ, ਜੀ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, 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 ਜੀ ਪੈ ਗਿਆ ਸੋਈਆ ਕਰਨੀਏ ਤੁਮਾੜੀ ਕਹਿੰਦਾ ਮਾਤਾ,
ਕਹਿੰਦਾ ਮਾਤਾ ਡਰ ਨਾ ਗੱਲ ਸੁਣ ਲੈ ਮੇਰੀ, ਇਥੋਂ ਨੇੜੇ ਬਹੁਤ ਹੈ ਪਿੰਡ ਮੇਰਾ ਖੇੜੀ, ਉਹ ਘਰ ਜਾਣੋ ਆਪਣਾ ਕਰਾ ਟਹਿਲ ਬਥੇਰੀ, ਜੋ ਪੂਜੇ ਮੈਂ ਕਰਾਂਗਾ ਚਲ ਖਿਜਮਤ ਤੇਰੀ। ਮਾਤਾ ਤੁਰਪੀ ਨਾਲ ਉਸਦੇ ਕਿਸਮਤ ਦੀ ਘੇਰੀ, ਰਾਤੋ ਰਾਤ ਲੈ ਗਿਆ ਕਰ ਆਪਣੇ ਪਾਪੀ, ਅੰਦਰ ਜਾ ਉਤਾਰਦਾ ਗੱਲ ਮਾੜੀ ਜਾਪੀ, ਦੌਲਤ ਮਾਤਾ ਪਾਸ ਸੀ ਅੰਤੋਲੀ ਮਾਪੀ, ਹੱਥ ਕਿਵੇਂ ਇਹ ਆ ਜਾਏ ਵਿੱਚ ਦਿਲ ਦੇ ਥਾਪੀ, ਹੋਇਆ ਨਿਮਕ ਹਰਾਮ ਕੁੱਲ ਗਈ ਸਰਾਪੀ, ਬੱਚੇ ਮਾਤਾ ਸਵਾਲ ਕੇ ਸੁੱਤੀ ਆਪੀ, ਉਹ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ। ਨੂਹਾਂ ਪੁੱਤਰ ਜਿਸਦਾ ਪਰਿਵਾਰ ਹੈ ਪਿਆਰਾ, ਵਿਛੜ ਗਿਆ ਹੈ ਇੱਕ ਦਮ ਨਾ ਕੋਈ ਸਹਾਰਾ, ਵੈਰੀ ਦਿਸੇ ਚਾਰੇ ਪਾਸੇ ਖਤਰਾ ਸਿਰ ਭਾਰਾ, ਉਸਨੂੰ ਕਿਧਰੋਂ ਜਿਸ ਦਿਲ ਦਾ ਦਖਿਆਰਾ, ਗੰਗੂ ਵੇਲਾ ਤੱਕਦਾ ਪਾਪੀ ਹਥਿਆਰਾ, ਮਾਤਾ ਸੋਵੇਂ ਤਾਂ ਚੁੱਕਣਾ ਏ ਮਾਲ ਜੋ ਸਾਰਾ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ। ਲੱਗਾ ਉਸਦਾ ਦਾਣਾ ਸਭ ਰਾਤ ਗੁਚਾਰੀ, ਸੋਚਾ ਸੋਚੇ ਕਿਸ ਤਰ੍ਹਾਂ ਲਵਾ ਦੌਲਤ ਭਾਰੀ, ਮਾਰਾ ਮੋਹਰਾ ਦੇਖ ਕੇ ਵਿੱਚ ਦਿਲ ਦੇ ਧਾਰੀ, ਪਤਾ ਨਾ ਲੱਗੇ ਕਿਸੇ ਨੂੰ ਰੂਹ ਚੱਕੀ ਸਾਰੀ, ਰਹਿ ਚੱਕੀ ਸਾਰੀ ਮੈਂ ਆਪਣੇ ਨੂੰ ਆਖਦਾ, ਇਹ ਕਰ ਤੂੰ ਕਾਲੀ ਜ਼ਹਿਰ ਮਲਾ ਵਿੱਚ ਰੋਟੀਆਂ ਗੱਲ ਚਾਹੁੰਦਾ ਮਾੜੀ। ਸੁਣ ਕੇ ਉਸਦੀ ਮਾਈ ਨੇ ਲਾਣਤ ਚਾ ਪਾਈ, ਉਹ ਪਾਪੀ ਹਥਿਆਰਿਆ ਕੀ ਦਿਲ ਵਿੱਚ ਆਈ, ਖਾਧਾ ਨਿਮਕ ਹੈ ਗੁਰੂ ਦਾ ਉਸਦੀ ਮਾਈ, ਬੱਚੇ ਉਸਦੇ ਲਾਡ ਲਿਆ ਸੁੰਦਰ ਤਾਈ, ਪਾਪੀ ਕਰੇ ਘਰ ਪਾਪ ਕਰੇ ਘਰ ਲਿਆ ਕੇ ਨਾ ਭਲਾ ਕਰਾਈ, ਫੜ ਕੇ ਤੈਨੂੰ ਪਾਪਿਆ ਰੱਬ ਦੋਜਕ ਪਾਈ। ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ। ਰਾਤ ਪਈ ਜਾ ਦੂਸਰੀ ਮਾਤਾ ਸੌ ਜਾਏ, ਚੁੱਪ ਕੀਤਾ ਉਹ ਲੈ ਗਿਆ ਗਠੜੀ ਨੂੰ ਜਾਏ, ਲਾਂਭੇ ਕਿਧਰੇ ਜਾ ਕੇ ਉਸ ਤਾਈ ਛਪਾਏ, ਮਾਤਾ ਗੁਜਰੀ ਜਾ ਕੇ ਜਾ ਹੱਥ ਲਗਾਏ, ਗੜੜੀ ਉੱਥੇ ਹੈ ਨੀ ਗੰਗੂ ਬਲਵਾਏ, ਮਾਤਾ ਪੁੱਛੇ ਗੜੜੀ ਕਿਸ ਲਈ ਉਠਾਈ, ਸੁਣ ਕੇ ਪਾਪੀ ਬੋਲਿਆ ਬਹੁ ਨੱਕ ਚੜਾਈ, ਗੜੜੀ ਮੈਂ ਕਿਉਂ ਚੁੱਕਣੀ ਸੀ ਇਹ ਕਣਕ ਸੁਣਾਏ, ਚੁੱਕ ਕੇ ਲੈ ਗਿਆ ਹੋਇਆ ਕੋਈ ਚੋਰ ਵਾਏ, ਮਾਤਾ ਕਹਿੰਦੀ ਗੰਗੂਆ ਕੌਣ ਅੰਦਰ ਆਵੇ, ਬੂਹੇ ਵਜੇ ਰਹਿ ਗਏ ਕੋਈ ਕਿਵੇਂ ਲਿਜਾਵੇ, ਉਹ ਪਾਪੀ ਉੱਚੀ ਉੱਚੀ ਸ਼ੋਰ ਰੜਾਵੇ, ਸਮਣਾ ਦੇਖੇ ਭਲੇ ਦਾ ਸਭ ਤੈਨ ਸੁਣਾਵੇ, ਬੁਰਾ ਉਸਦਾ ਹੋ ਗਿਆ ਜੋ ਭਲਾ ਕਮਾਵੇ, ਬਾਦਸ਼ਾਹ ਦੇ ਚੋਰ ਬਾਦਸ਼ਾਹ ਦੇ ਚੋਰ ਮੈਂ ਘਰ ਲਿਆ ਛਪਾਏ, ਕਰਨ ਲੱਗਾ ਬਦਨਾਮ ਮੈਨੂੰ ਹੁਣ ਤੋਮਤ ਲਾਏ, ਨਿਕਲੋ ਮੇਰੇ ਘਰੋਂ ਸਭ ਸਮਾਨ ਉਠਾਏ, ਨਹੀਂ ਹੁਣ ਮਰਿੰਡੇ ਜਾ ਕੇ ਦੇਵਾਂ ਪਕੜਾਏ। ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ 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 ਸਰਸਾ ਨਦੀ ਦੇ ਕਿਨਾਰੇ, ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ। ਸੁਣ ਕੇ ਮਾਤਾ ਡਰ ਗਈ, ਕਹਿੰਦੀ ਸੁਣ ਗੰਗੇ ਤੈਨੂੰ ਪੁੱਤਰਾ ਵਾਂਗੂ ਪਾਲਿਆ, ਕਰ ਰੱਖ ਨਸੰਗੇ ਦਿਆ ਪਰਾਧਨ ਤੁਦਨੋ, ਜੋ ਮੋਹੋਂ ਮੰਗੇ ਖਾ ਕੇ ਕਰ ਹਰਾਮ ਨਾ ਕਰ ਪਾਲਨ ਅੰਗੇ, ਘਰ ਲਿਆ ਕੇ ਫਸਾਇਣ ਦੇ ਨਾ ਸੋਝ ਕੱਢਣ ਦੇ, ਪਾਪ ਕਰਨਾ ਇਹ ਪਾਪੀਆ ਇਹ ਕਰਮ ਨਾ ਚੰਗੇ, ਇਹ ਕਰਮ ਨਾ ਚੰਗੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ, ਪੈ ਗਿਆ ਵਿਛੋੜਾ ਸਰਸਾ ਨਦੀ ਦੇ।
जी पै गया विछोड़ा सरसा नदी दे किनारे, पै गया विछोड़ा सरसा नदी दे किनारे, भई मुसीबत गंगुआ मैं आखा किनू दिसे कोई ना फोल के दुख दसा जिनू, मोह मंग लेंदा खुश होके मैं देंदी तेनू, बेईमान हो ले गयो ता पाप न रहनू, मोह काला दरगाह विच दुख चलने तेनू, मोह काला दरगाह विच दुख चलने तेनू, पै गया विछोड़ा सरसा नदी दे किनारे, पै गया विछोड़ा सरसा नदी दे किनारे, पै गया विछोड़ा सरसा नदी दे किनारे, पै गया विछोड़ा सरसा नदी दे किनारे जी, पै गया विछोड़ा सरसा नदी दे किनारे, 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 सुन के गल्ला मात दिया दिल अंदर डरिया, गुजा रहना भेद ना इस गलो डरिया, दिया फड़ा इनाम लै विच दिल दे तरिया, दिन चढ़दे नू जाए मरंडे वड़िया, जानी मानी खान नू जा भेद अचरिया, जानी मानी खान नू जा भेद अचरिया, पै गया विछोड़ा सरसा नदी दे किनारे, 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 पै गया विछोड़ा सरसा नदी दे किनारे जी, नदी दे किनारे सरसा नदी दे किनारे, 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 पै गया विछोड़ा 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 सरसा नदी दे किनारे, वरी दीन सलाम दा गुरदसवां जो है बादशाह सो जिसने जंग चलते जो है, नंदपुरी नू छड के भज्या सोए, फड़िया गया मारिया सिंह ना रिया कोई, छोटे पुत्र उसदे वखोस्तो होए, मेरे घर आण के सिरान लकोए, खेड़ी दे विच बसदा मैं गंगू नामा, दिता भेद हजूर नू हित लैण हंगामा, कीता कम चंडाल दा सी ब्राह्मण जामा, मासी काला मूह है हित लैण हलामा, खान खुशी हो बाज ने ज्यो डिठा तामा, घोड़े चले पीड़ के मुंह देन हंगामा, दिन चढ़दे दे नाल ही आ घेरा पाया, माता नू सुन बच्चिया रब हित चढ़ाया, सीधा वल सरहंद दे मुंह जा करवाया, गंगू पापी दुष्ट ने बहु पाप कमाया, गंगू जात ताई दियो कलंक लगवाया, सरसा नदी दे किनारे, पै गया विछोड़ा सरसा नदी दे किनारे, पै गया विछोड़ा सरसा नदी दे किनारे, पै गया विछोड़ा सरसा नदी दे किनारे, जाओ पापी बामना कीता पाप हरा, खाके निमक हरामिया कोई नहीं विचारा, याद रहेगा जग बिचे तेरा कारा, नार सिंगा दे बने नहीं मेल तुम्हारा, होवेगा दरगाह विच मुंह तेरा काला, सरसा नदी दे किनारे, पै गया विछोड़ा 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 सरसा नदी दे
ਸਰਸਾ ਨਦੀ ਦੇ ਕਿਨਾਰੇ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕਿਨਾਰੇ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕਿਨਾਰੇ ਇਸ ਸਮੇਂ ਦਾ ਜ਼ਿਕਰ ਇਤਿਹਾਸ ਵਿੱਚ ਵੀ ਤੁਸੀਂ ਸੁਣਿਆ ਸਭ ਨੇ ਇੱਕ ਯਾਦ ਹੀ ਹੁੰਦੀ ਹੈ ਦਰਸ਼ਨ ਉਸ ਸਮੇਂ ਦੇ ਇਹ ਦਰਸ਼ਨ ਕਰਕੇ ਸਾਨੂੰ ਸਭ ਫਲ ਮਿਲਦਾ ਹੈ ਇਹ ਗੁਰੂਆਂ ਦੇ ਨਾਲ ਸਮਾਂ ਗੁਜ਼ਰਦਾ ਹੈ ਉਹਨਾਂ ਦੀ ਯਾਦ ਦੇ ਵਿੱਚ ਬੈਠਣਾ ਜਿੱਥੇ ਦੇਖ ਲਓ ਉਹ ਮਸੰਦ ਨੇ ਘੋੜੀ ਤੋਂ ਜਵਾਬ ਦਿੱਤੀ ਆ ਵੀ ਮਰਿਆ ਘੋੜੀ ਵੀ ਮਰ ਗਈ ਦੋਵਾਂ ਕੱਲਾਂ ਦੀ ਲਾਜ ਲਾ ਇਹ ਗੰਗੂ ਬ੍ਰਾਹਮਣ ਨੇ ਬੜਾ ਪਾਪ ਕੀਤਾ ਹੈ ਇਹ ਬ੍ਰਾਹਮਣ ਕੁੱਲ ਤਾਂ ਹੀ ਦਾ ਗਿਆ ਕਹਿੰਦੇ ਰਾਵਣ ਵੀ ਬ੍ਰਾਹਮਣ ਸੀ ਜਿਸਨੇ ਉਸ ਸਮੇਂ ਦੇ ਅਵਤਾਰ ਰਾਮ ਜੀ ਨਾਲ ਬੜਾ ਵੱਡਾ ਪਾਪ ਦੇ ਧੋਖਾ ਕੀਤਾ ਤੇ ਕਿਹੜੇ ਹਾਲ ਚ ਮਰਿਆ ਗੰਗੂ ਪਾਪੀ ਦਾ ਵੀ ਹਾਲ ਬੁਰਾ ਹੋਇਆ ਜਨਮਾਂ ਜਨਮਾਂ ਦੇ ਦੁੱਖ ਤੱਕ ਚੰਬੜ ਗੰਬੜ ਗੁਰੂ ਘਰ ਦੀ ਸੇਵਾ ਕਰਦਾ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਨੂੰ ਦੁੱਧ ਦਹੀਂ ਲੱਸੀ ਮੱਖਣ ਛਕਾਉਂਦਾ ਸੀ ਪਾਲਦਾ ਸੀ ਛੋਟੇ ਛੋਟੇ ਬੱਚਿਆਂ ਨੂੰ ਅੱਜ ਕਹਿੰਦੇ ਲੱਕੜੀ ਵੀ ਕਾਠ ਨਾ ਡੋਬੀ ਪਾਲੇ ਦੀ ਲੱਜੇ ਲੱਕੜੀ ਨੂੰ ਵੀ ਪਾਣੀ ਲੱਕੜੀ ਕਾਠ ਨਾ ਡੋਬੀ ਪਾਲੇ ਦੀ ਲੱਜੇ ਪਾਣੀ ਜਿਹੜਾ ਹੈ ਲੱਕੜ ਨੂੰ ਹੀ ਡੋਬਦਾ ਕਿ ਮੈਨੂੰ ਪਾਲਿਆ ਹੁਣ ਡੋਬਾ ਕਿਉਂ ਗੰਗੂ ਰਸੋਈਏ ਨੇ ਬੜਾ ਸੰਭਾਲਿਆ ਸੀ ਪਾਲਿਆ ਸੀ ਤੇ ਅੱਜ ਆਪਣੇ ਹੱਥੀ ਇਹ ਕਾਰਾ ਕੀਤਾ ਬੜਾ ਵੱਡਾ ਪਾਪ ਖੱਟਿਆ ਧਨ ਪਿੱਛੇ ਧਨ ਗੁਰੂ ਪਿੱਛੇ ਰੋੜ ਦਿਓ ਕਹਿੰਦੇ ਜਿੰਦ ਗੁਰੂ ਪਿੱਛੇ ਰੋੜ ਦਿਓ ਲੇਖੇ ਲੱਗ ਜਾਏ ਧਨ ਪਿੱਛੇ ਆਪ ਨਾ ਰੁੜ ਜਾਇਆ ਇਹ ਧਨ ਧਨ ਦੀ ਕੋਈ ਵਡਿਆਈ ਧਨ ਪਿੱਛੇ ਆਪ ਨਾ ਰੁੜ ਜਾਇਓ ਇਹ ਧਨ ਧਨ ਗੁਰਾਂ ਪਿੱਛੇ ਜੋੜ ਰੋੜ ਦਿਆ ਇਹ ਗੁਰੂ ਸਾਹਿਬ ਦਾ ਹੀ ਇਹ ਸਭ ਕੁਛ ਧਨ ਮਨ ਧਨ ਸਭ ਸਤਿਗੁਰੂ ਦਾ ਹੀ ਔਖੇ ਸਮੇਂ ਦੇ ਵਿੱਚ ਗੁਰੂ ਤੋਂ ਮੁੱਖ ਨਹੀਂ ਮੋੜ ਪਤਾ ਹੀ ਨਹੀਂ ਗੁਰੂ ਸਾਹਿਬ ਕੀ ਬਖਸ਼ਿਸ਼ਾਂ ਕਰਨਗੇ ਜਿਹੜਾ ਵਕਤ ਸੰਭਾਲਦਾ ਸੰਦੀਪਨ ਗੁਰੂ ਹੋਏ ਨੇ ਭਗਵਾਨ ਕ੍ਰਿਸ਼ਨ ਜੀ ਦੇ ਸੰਦੀਪਨ ਵਕਤ ਸੰਭਾਲੋ ਸਮਾਂ ਗੁਰੂ ਤੋਂ ਨਾ ਵਿਛੜੋ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਣਗੇ ਸਾਰੇ ਵਿਚਾਰਵਾਨ ਬੁੱਧੀਵਾਨ ਬੈਠੇ ਸੀ ਕਹਿੰਦੇ ਵੀ ਸੰਦੀਪਨ ਕਿਉਂ ਗੁਰੂ ਹੋਇਆ ਹੈ ਭਗਵਾਨ ਕ੍ਰਿਸ਼ਨ ਜੀ ਦਾ ਇਹ ਵਡਿਆਈ ਕਿਉਂ ਮਿਲੀ ਕੀ ਪੁੰਨ ਸੀ ਉਹਦਾ ਬਾਬਾ ਵਧਾਵਾ ਸਿੰਘ ਜੀ ਨੂੰ ਵਡਿਆਈ ਕਿਉਂ ਮਿਲੀ ਇਹ ਬਾਬਾ ਆਨੰਦ ਸਿੰਘ ਜੀ ਦੇ ਗੁਰੂ ਹੋਣ ਦੀ ਇਹ ਕਿਹੜੇ ਪੁੰਨ ਸੀ ਇਹ ਕਿਹੜਾ ਤਪ ਸੀ
ਇਹ ਤਪ ਗੁਰੂ ਦੀ ਸੇਵਾ ਦਾ ਹੁੰਦਾ ਹੈ। ਸੰਦੀਪਨ ਨੂੰ ਕੋਲ ਗਏ, ਸੰਦੀਪਨ ਜੀ ਤੁਸੀਂ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦੇ ਗੁਰੂ ਬਣੇ ਹੋ, ਇਹ ਕਿਹੜਾ ਪੁੰਨ ਸੀ ਤੁਹਾਡਾ? ਕੋਈ ਆਪਣੀ ਜ਼ਿੰਦਗੀ ਦਾ ਜ਼ਿਕਰ ਸੁਣਾਵੋ, ਇਹ ਕਿਹੜਾ ਪੁੰਨ ਸੀ? ਬੜੇ ਬੜੇ ਬੁੱਧੀਜੀਵ ਸੀ, ਭੀਸ਼ਮ ਪਤਾਮਾ ਜੀ, ਦੁਰਨਾਚਾਰੀ, ਇਹ ਵੀ ਗੁਰੂ ਸਨ। ਸੰਦੀਪਨ ਗੁਰੂ ਜੀ ਕੋਲ ਗਏ ਸਾਰੇ, ਭੀਸ਼ਮ, ਦੁਰਨਾਚਾਰੀ, ਕਰਨ, ਮਹਾਰਾਜ, ਇਸ ਯੁੱਗ ਦੇ ਅਵਤਾਰ ਨੇ ਭਗਵਾਨ ਕ੍ਰਿਸ਼ਨ ਜੀ। ਬਿਦਰ ਜੀ ਬਹੁਤ ਨੀਤੀਵਾਨ ਸੀ, ਬੜੇ ਪਿਆਰੇ ਸੀ ਭਗਵਾਨ ਕ੍ਰਿਸ਼ਨ ਦੇ, ਸਭ ਨੂੰ ਵੀ ਸੰਦੀਪਨ ਨੂੰ ਮਾਣ ਕਿਉਂ ਮਿਲਿਆ ਗੁਰੂ ਹੋਣ? ਦੱਸਿਓ ਮਾੜੀ ਜੀ ਆਪਣੇ ਜੀਵਨ ਦੀ ਕਥਾ, ਕਿ ਏਡੇ ਵੱਡੇ ਅਵਤਾਰ ਦੇ ਤੁਸੀਂ ਗੁਰੂ ਬਣੇ, ਵਿਦਿਆ ਗੁਰੂ ਤੁਹਾਡੇ ਕੋਲ ਰਹੇ ਹੋ, ਗੁਰੂ ਕੁਲ ਦੇ ਵਿੱਚ ਆਸ਼ਰਮ ਚ ਪੜ੍ਹੇ, ਸੰਦੀਪਨ ਕਹਿੰਦਾ ਮੇਰੇ ਗੁਰਦੇਵ ਜਿਨ੍ਹਾਂ ਕੋਲ ਮੈਂ ਪੜ੍ਹੇ, ਬਹੁਤ ਬੁੱਧਵਾਨ ਸੀ, ਬੜੇ ਤੀਰਜ ਧਰਮ ਵਾਲੇ ਸੀ, ਬੜੀ ਭਗਤੀ ਕਰਨ ਵਾਲੇ ਸੀ, ਇਹ ਸਾਰੇ ਗੁਰੂ ਹੀ ਹੁੰਦੇ ਆ ਟੀਚਰ ਸਾਡੇ ਉਸਤਾਦ, ਪਰ ਇਹਨਾਂ ਨੂੰ ਕੋਈ ਮੰਨਦਾ ਨਹੀਂ, ਟੀਚਰਾਂ ਨੂੰ ਉਸਤਾਦਾਂ ਨੂੰ ਉਹ ਹੀ ਮੰਨੇ ਜਾਂਦੇ ਆ ਜਿਹੜੇ ਭਗਤੀ ਕਰਦੇ ਹੋਣ, ਰੱਬ ਨਾਲ ਜੁੜੇ ਹੋਣ, ਫਿਰ ਚੇਲੇ ਉਹਨਾਂ ਦੇ ਸੇਵਕ ਰੱਬ ਵਾਂਗੂ ਮੰਨਦੇ ਆ ਵੀ ਬੜੇ ਭਗਤੀ ਵਾਲੇ ਆ, ਬੰਦਗੀ ਵਾਲੇ ਆ, ਸ਼ਰਧਾ ਨਾਲ ਝੁਕਦੇ ਉਹਨਾਂ ਦੇ ਅੱਗੇ, ਨਹੀਂ ਤਾਂ ਇੱਕ ਮਰਿਆਦਾ ਮੁਤਾਬਕ ਹੀ ਗੁਰੂ ਦਾ ਸਤਿਕਾਰ ਹੁੰਦਾ। ਸੰਦੀਪਨ ਨੇ ਕਿਹਾ ਮੇਰੇ ਗੁਰਦੇਵ ਬੜੇ ਹੀ ਤੀਰਜ ਧਰਮ ਵਾਲੇ, ਬੜੇ ਅੰਮ੍ਰਿਤ ਵੇਲੇ ਕਿਰਿਆ ਕਰਨ ਵਾਲੇ, ਬੜੇ ਹੀ ਨੇਮ ਦੇ ਪੱਕੇ ਸੀ, ਤੇ ਮੈਂ ਉਹਨਾਂ ਦਾ ਸੇਵਕ ਸੀ, ਹੋਰ ਵੀ ਬੜੇ ਸੀ ਪੜ੍ਹਨ ਵਾਲੇ ਵਿਦਿਆਰਥੀ। ਕਹਿੰਦੇ ਅਖੀਰਲੇ ਸਮੇਂ ਕੋਈ ਮਾਇਆ ਵਰਤਾਈ ਗੁਰਦੇਵ ਜੀ ਨੇ, ਗੱਲਾਂ ਇੱਧਰ ਉੱਧਰ ਦੀਆਂ ਕਰਨ ਲੱਗ ਪਈ, ਉਲਟੀਆਂ ਪੁਲਟੀਆਂ, ਜਿਸ ਸਮੇਂ ਪਹੁੰਚ ਹੋ ਜਾਂਦੀ ਦਰਗਾਹ ਵਿੱਚ, ਉਸ ਸਮੇਂ ਕਿਰਿਆ ਕਰਮ ਸਾਰੇ ਦੂਰ ਹੋ ਜਾਂਦੇ। ਗਿਆਨੀ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋਂ ਕਰਮ ਹੀ ਨਾਸ, ਪਹਿਲੋਂ ਕਰਮ ਕਰਦੇ ਆ, ਫਿਰ ਕਰਮਾਂ ਤੋਂ ਉੱਪਰ ਚਲੇ ਜਾਂਦੇ। ਬਾਬਾ ਜੀ ਪਹਿਲੋਂ 13 ਡਿਊਟੀਆਂ ਗੁਰੂ ਸਾਹਿਬ ਦੀਆਂ ਕਰਦੇ ਰਹੇ ਨੇ, 13 ਡਿਊਟੀਆਂ ਵਿੱਚ ਸਾਰੀ ਉਮਰ ਪੂਰੀ ਲਾਈ, ਅਖੀਰਲੇ ਸਮੇਂ ਉਹ ਉੱਪਰ ਅਵਸਥਾ ਤੇ ਪਹੁੰਚ ਗਏ ਸੀ। ਉਦੋਂ 13 ਡਿਊਟੀਆਂ ਨਹੀਂ ਸੀ, ਉਦੋਂ 13-13 ਹੀ ਹੋ ਗਿਆ ਸੀ, ਆਖੋ ਸੀ। ਉਹ ਹਰ ਸਮੇਂ ਹਜ਼ੂਰੀ 'ਚ ਰਹਿਣ ਲੱਗ ਪਏ ਸੀ ਗੁਰੂ ਸਾਹਿਬ ਜੀ, ਹਰ ਸਮੇਂ। ਕਿਸੇ ਨੇ ਕਿਹਾ ਸੀ ਬਾਬਾ ਤਰਸਿੰਘ ਜੀ ਨੂੰ, ਮਹਾਰਾਜ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਜਾ ਕੇ ਬੈਠੋ। ਮਹਾਰਾਜਾ ਨਾਭਾ ਜਲੂਸ ਕੱਢ ਰਹੇ ਸੀ ਦਿੱਲੀ 'ਚ, ਅਤੇ ਸਿੰਘ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਚੱਲੇ ਸਨ ਵਿੱਚੋਂ ਹੀ ਜ਼ਰੂਰੀ ਕਾਰਜ ਵਾਸਤੇ ਅੰਮ੍ਰਿਤਸਰ ਨੂੰ, ਹਾਥੀ ਤੋਂ ਉੱਤਰ ਆਏ। ਸਾਰਿਆਂ ਨੇ ਕਿਹਾ ਬਾਬਾ ਤਰਸਿੰਘ ਜੀ ਸਤਿਕਾਰਯੋਗ ਨੇ, ਇਹਨਾਂ ਨੂੰ ਭੇਜ ਦਿਓ ਉੱਪਰ ਗੁਰੂ ਸਾਹਿਬ ਦੀ ਹਜ਼ੂਰੀ। ਜਦੋਂ ਬਾਬਾ ਤਰਸਿੰਘ ਜੀ ਨੂੰ ਕਿਹਾ ਜੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਉੱਪਰ ਚਲੇ ਜਾਓ, ਉਹ ਕਹਿੰਦੇ ਕਿਸੇ ਹੋਰ ਨੂੰ ਇਹ ਸੁਭਾਗ ਸਮਾਂ ਬਖਸ਼ੋ, ਦਾਸ ਤਾਂ ਹਰ ਸਮੀ ਹਜ਼ੂਰੀ ਸੀ, ਆਖੋ ਸੀ। ਬਾਬਾ ਜੀ ਕਹਿੰਦੇ ਦਾਸ ਹਰ ਸਮੇਂ ਹਜ਼ੂਰੀ 'ਚ ਰਹਿੰਦਾ ਹੈ,
ਹੋਰ ਕਿਸੇ ਨੂੰ ਸਮਾਂ ਬਖਸ਼ੋ ਜਿਹੜਾ ਹਜ਼ੂਰੀ ਦੇ ਵਿੱਚ ਹਜ਼ੂਰੀ ਦਾ ਆਨੰਦ ਮਾਣ ਸਕੇ। ਕੌਣ ਨਾਨਕ ਸਹੀ ਜਨ ਪੂਰੇ ਕਿਹੜੇ ਆਠ ਪਹਿਰ ਪ੍ਰਭ ਬਸੇ ਹਜ਼ੂਰੀ। ਸੁਰਤ ਨਾਲ ਹੀ ਗੁਰੂ ਦੇ ਨਾਲ ਨਾਲ ਰਹਿਣਾ, ਸੁਰਤ ਨਾਲ ਆਪਣੀ ਸੁਰਤ ਗੁਰੂ ਦੇ ਨਾਲ ਜੋੜੀ ਰੱਖਣੀ, ਆਪਦੇ ਗੁਰਦੇਵ ਨੂੰ ਚੱਲਦੇ ਫਿਰਦੇ ਤੁਰਦੇ ਦਿਖ ਹੀ ਜਾਣਾ ਸਭ ਪਾਸੇ, ਇਹਨੂੰ ਦ੍ਰਿੜ ਕਰ ਲੈਣਾ। ਵੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ, ਉਹ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਸਦਾ ਹੀ ਹਾਜ਼ਰਾ ਹਜ਼ੂਰ ਨੇ, ਸਦਾ ਹੀ ਅੰਗ ਸੰਗ ਰਹਿੰਦੇ ਹਨ। ਸਾਡੇ ਸਦਾ ਹੀ ਅੰਗ ਸੰਗ, ਬਾਬਾ ਮਹਾਰ ਨਾਮ ਸਿੰਘ ਜੀ ਦੀ ਬਰਸੀ ਦੀ ਯਾਦ ਆ ਰਹੀ, ਬਾਬਾ ਵਧਾਵਾ ਸਿੰਘ ਜੀ ਦੀ ਬਰਸੀ ਨਵੇਂ ਸਾਲ ਦੀ, ਜਨਮ ਉਹਨਾਂ ਦਾ ਵਿਸਾਖੀ ਵਾਲੇ ਦਿਨ ਦਾ, ਬੜਾ ਅਜੀਬ ਹੈ ਕੌਤਕ। ਜਦੋਂ ਇਹ ਸਮੇਂ ਦਾ ਸਾਲ ਸ਼ੁਰੂ ਹੁੰਦਾ ਹੈ, ਅੱਜ ਸਮਾਂ ਇਹਨਾਂ ਦਾ ਈਸਵੀ ਦਾ ਸਮਤ ਦਾ, ਦੂਜਾ ਸਮਾਂ ਹੈ ਖਾਲਸਾ ਸੰਮਤ ਦਾ, ਉਹ ਵਿਸਾਖੀ ਤੋਂ ਸ਼ੁਰੂ ਹੁੰਦਾ। ਜਨਮ ਬਾਬਾ ਵਧਾਵਾ ਸਿੰਘ ਜੀ ਦਾ ਵਿਸਾਖੀ ਦਾ, ਬਰਸੀ ਇਸ ਦਿਨ ਬਾਬਾ ਜੀ ਨੇ ਸਰੀਰ ਤਿਆਗਿਆ ਨਵੇਂ ਸਾਲ ਵਾਲੇ ਦਿਨ, ਦਰਗਾਹੀ ਦਿਨ ਹੁੰਦੇ ਦਰਗਾਹੀ ਮਹਾਂਪੁਰਖਾਂ ਦੇ। ਸੰਦੀਪਨ ਜੀ ਨੇ ਕਿਹਾ ਮੇਰੇ ਗੁਰਦੇਵ ਬੜੇ ਹੀ ਕਮਾਈ ਵਾਲੇ ਸੀ, ਜਿਵੇਂ ਸਾਡੇ ਗੁਰਦੇਵ ਬਾਬਾ ਕੁੰਨਾ ਸਿੰਘ ਜੀ ਸੀ। ਅਖੀਰਲੇ ਸਮੇਂ ਬਾਬਾ ਜੀ ਹੋਰ ਹੀ ਹੋਰ ਗੱਲਾਂ ਸੋਟੀਆਂ ਨਾਲ ਕੁੱਟਣ ਲੱਗ ਪਏ, ਹੋਰ ਹੀ ਗੱਲਾਂ ਕਰੀ ਜਾਣ ਵੱਖਰੀਆਂ ਹੀ। ਇੱਕ ਬਸੰਗੀ ਡਾਕਟਰ ਆਇਆ ਕੋਲ ਖੜਾ, ਬੜੀ ਦੇਰ ਦਾ ਆਉਂਦਾ ਹੈ, ਕਹਿੰਦਾ ਇਹ ਬਾਬਾ ਜੀ ਨੂੰ ਕਦੋਂ ਤੋਂ ਇਸ ਤਰ੍ਹਾਂ ਹੋਏ ਨੇ। ਉਹਨਾਂ ਵੇਖਿਆ ਦਿਮਾਗੀ ਖਰਾਬੀ ਹੋ ਗਈ, ਡਾਕਟਰੀ ਲੈ ਜਿਹੜਾ ਵੇਖ ਰਿਹਾ ਦਾਸ ਕੋਲ ਬੈਠਾ ਸੀ। ਜਿਸ ਦਿਨ ਬਾਬਾ ਜੀ ਨੇ ਪਹਿਲੇ ਦਿਨ ਕੌਤਕ ਵਰਤਾਇਆ ਇਹ ਗੱਲਾਂ ਸ਼ੁਰੂ ਕੀਤੀਆਂ, ਹੁਣ ਪਤਾ ਕਈ ਸੇਵਕ ਪਲਟਾ ਖਾ ਜਾਣਗੇ, ਪਰ ਬਾਬਾ ਜੀ ਨੂੰ ਕੋਈ ਨਹੀਂ ਹੋਇਆ, ਜਾਣ ਕੇ ਕਰ ਰਹੇ ਮਾਇਆ ਹੈ। ਜਦੋਂ ਮੈਂ ਗਿਆ ਤੇ ਬਾਬਾ ਜੀ ਨੇ ਪਹਿਲੇ ਦਿਨ ਇਹ ਕੁਝ ਕੀਤਾ ਤੇ ਮੈਂ ਦੇਖਿਆ, ਨਾ ਨਿਰੰਕਾਰ ਕੋਈ ਸ਼ੰਕਾ ਲਿਆਵੇ ਗੁਰੂਆਂ ਦੀ, ਨਾ ਹੀ ਇਹੋ ਜਿਹਾ ਕੋਈ ਜਨਮ ਆਵੇ। ਤਾਂ ਮੈਂ ਭੱਜ ਕੇ ਬਾਬਾ ਜੀ ਦੇ ਦੋਨੋਂ ਚਰਨ ਫੜ ਲਏ, ਡਿੱਗ ਪਿਆ। ਨੀਲੀ ਦੋ ਸੇਵਕ ਕੋਲ ਬੈਠੇ ਸੀ ਤੇ ਮੈਂ ਚਰਨਾਂ ਦੇ ਸਿਰ ਰੱਖ ਕੇ ਉੱਚੀ ਉੱਚੀ ਰੋਣ ਲੱਗ ਪਿਆ ਕਿ ਐਸੀ ਮਾਇਆ, ਤੁਸੀਂ ਰੱਬ ਦਰਗਾਹੀ ਗੁਰੂ ਨਾਨਕ ਸਾਹਿਬ ਦਾ ਰੂਪ ਹੋ। ਬੜੀ ਮਨ ਨੂੰ ਚੋਟ ਲੱਗੀ ਜਦੋਂ ਬਾਬਾ ਜੀ ਨੇ ਮਾਇਆ ਵਰਤਾਈ, ਦੋਨੋਂ ਚਰਨ ਬਾਬਾ ਜੀ ਦੇ ਫੜ ਕੇ ਉੱਤੇ ਸਿਰ ਰੱਖਦਾ, ਸ਼ਾਇਦ ਇਹੋ ਜਿਹਾ ਮੌਕਾ ਕਦੀ ਨਹੀਂ ਬਣਿਆ ਹੋਊਗਾ। ਆਪਣੇ ਗੁਰਦੇਵ ਦੇ ਚਰਨਾਂ ਤੇ ਸਿਰ ਰੱਖਣ ਦਾ ਐਸਾ ਸੁਭਾਗ ਸਮਾਂ ਮਿਲਿਆ, ਬਾਬਾ ਜੀ ਦੀ ਕਮਾਈਆਂ ਦਾ ਕੋਈ ਹੱਦ ਨਹੀਂ। ਇਹ ਮਹਾਂਪੁਰਸ਼ ਅੱਠੇ ਪਹਿਰ ਹਜ਼ੂਰੀ ਚ ਆ ਜਾਂਦੇ ਨੇ, ਪਹਿਲੋ
ਸਮਾਂ ਹੁੰਦਾ ਵੀ ਹੁਣ ਸਾਡਾ ਹਜ਼ੂਰੀ ਜਾਣ ਦਾ ਸਮਾਂ, ਹੁਣ ਪ੍ਰਕਾਸ਼ ਦਾ, ਹੁਣ ਬਿਰਾਜਮਾਨ ਦਾ। ਜਦੋਂ ਬਾਬਾ ਜੀ ਇੱਥੇ ਪੈਰ ਹੀ ਹਜ਼ੂਰੀ ਚ ਹੋ ਗਏ ਨਾ, ਉਦੋਂ ਫਿਰ ਕਈ ਵਾਰੀ ਜਾਂਦੇ ਹੁਕਮਨਾਮਾ ਲੈਣ, ਕਈ ਵਾਰੀ ਨਹੀਂ, ਕਈ ਵਾਰੀ ਸੇਵਾ ਕਰਨ ਜਾਂਦੇ, ਕਈ ਵਾਰੀ ਨਹੀਂ, ਪਰ ਇੱਥੇ ਪੈਰ ਹੀ ਹਜ਼ੂਰੀ ਚ। ਉਹ ਇਹ ਨਹੀਂ ਕਿ ਨੇਮ ਭੰਗ ਹੋ ਗਏ, ਬਸ ਜਿਹੜੇ ਮਰਾਤਬੇ ਦੇ ਪਹੁੰਚਣਾ ਸੀ ਪਹੁੰਚ ਗਏ। ਸੰਦੀਪਨ ਕਹਿੰਦਾ ਮੇਰੇ ਗੁਰਦੇਵ ਜੀ ਦੇ ਅਖੀਰਲਾ ਸਮਾਂ ਆ ਗਿਆ। ਕਈਆਂ ਨੇ ਕਿਹਾ ਗੁਰੂ ਪਾਗਲ ਹੋ ਗਿਆ, ਦਿਮਾਗੀ ਨੁਕਸ ਪੈ ਗਿਆ, ਸੋਟੀਆਂ ਮਾਰਨ ਕੁੱਟਣ ਜੋ ਮਰਜ਼ੀ। ਬਹੁਤੇ ਸੇਵਕ ਪੜ੍ਹਨ ਆਏ ਸੀ ਜਿਹੜੇ ਵਿਦਿਆਰਥੀ ਚਲੇ ਗਏ ਕਿ ਆਪ ਹੀ ਦਿਮਾਗ ਹਿੱਲ ਗਿਆ ਗੁਰਦੇਵ ਦਾ, ਸਾਨੂੰ ਕੀ ਪੜਾਉਣਗੇ, ਹੋਰ ਗੁਰਦੇਵ ਲੱਭ ਲਏ। ਕੋਈ ਘਰਾਂ ਨੂੰ ਚਲੇ ਗਏ। ਸੰਦੀਪਨ ਕਹਿੰਦਾ ਮੈਂ ਨਹੀਂ ਆਪਣੇ ਗੁਰਦੇਵ ਨੂੰ ਮੈਂ ਧਾਰਿਆ ਸੀ, ਮੈਂ ਆਪਣੇ ਗੁਰੂ ਜੀ ਨੂੰ ਛੱਡਣਾ ਨਹੀਂ, ਸੇਵਾ ਹੀ ਕਰਨੀ ਔਖੇ ਸਮੇਂ 'ਚ। ਗੁਰੂ ਨੇ ਸਾਂਗ ਵਰਤਾਇਆ ਕੋਈ ਠਹਿਰਿਆ ਨਾ, ਕਹਿੰਦੇ ਮੈਂ ਗੁਰੂ ਦਾ ਔਖਾ ਹੋ ਜਾਂਦਾ ਲੈਟਰਨ ਬਾਥਰੂਮ, ਹੋਰ ਉਸ ਨੂੰ ਸੰਭਾਲਣਾ, ਜਿਹੜੀਆਂ ਵਾਧੂ ਘਾਟੂ ਗੱਲਾਂ ਕਰਨ ਉਸ ਸਮੇਂ, ਬੱਚੇ ਨੂੰ ਬਜ਼ੁਰਗ ਨੂੰ ਸੰਭਾਲਣਾ, ਸਹਿਣ ਕਰਨਾ। ਕਹਿੰਦਾ ਹਰ ਚੀਜ਼ ਮੈਂ ਸਹਿਣ ਕਰਦਿਆਂ ਅਤੇ ਮੈਂ ਗੁਰੂ ਦੀ ਭਾਵਨਾ ਰੱਖੀ, ਗੁਰਦੇਵ ਦੀ। ਔਖੇ ਸਮੇਂ ਗੁਰਦੇਵ ਦੇ ਚਰਨਾਂ 'ਚ ਸਾਰੇ ਹਿੱਲ ਕੇ ਮੈਂ ਨਾ ਗਿਆ। ਕਹਿੰਦੇ ਸੰਦੀਪਨ ਤੂੰ ਨਹੀਂ ਗਿਆ, ਨਿਕਲ ਜਾ, ਮਾਰਨ ਕੁੱਟਣ ਧੱਕੇ ਮਾਰ ਨਹੀਂ ਮੈਂ ਗਿਆ। ਤਾਂ ਗੁਰੂ ਪ੍ਰਸੰਨ ਹੋ ਗਏ, ਸੰਦੀਪਨ ਹੁਣ ਮੇਰਾ ਅੰਤਮ ਸਮਾਂ ਹੈ, ਕਿਰਿਆ ਕਰਮ ਸੰਭਾਲ ਲਵੀਂ, ਪਰ ਤੇਰੀ ਸੇਵਾ ਦਾ ਤੈਨੂੰ ਫਲ ਮਿਲੇਗਾ ਕਿ ਆਪ ਪਰਮੇਸ਼ਰ ਨੇ ਸੰਸਾਰ 'ਚ ਅਵਤਾਰ ਧਾਰਨਾ ਹੈ, ਤੇਰੇ ਸ਼ਿਸ਼ ਬਣ ਕੇ ਆਉਣਗੇ। ਤੂੰ ਗੁਰੂ ਨੂੰ ਰੱਬ ਰੂਪ ਸਮਝਿਆ, ਤੂੰ ਆਪਣੇ ਗੁਰਦੇਵ ਨੂੰ ਰੱਬ ਸਮਝ ਕੇ ਸੇਵਾ ਕੀਤੀ ਹੈ ਨਾ, ਗੁਰਦੇਵ ਨੂੰ ਸਭ ਕੁਝ ਸਮਝ ਕੇ ਸੇਵਾ ਕੀਤੀ, ਜਾ ਫਿਰ ਤੇਰਾ ਸ਼ਿਸ਼ ਰੱਬ ਬਣ ਕੇ ਆਏ, ਰੱਬ ਤੇਰਾ ਸ਼ਿਸ਼ ਬਣੇਗਾ। ਭਗਵਾਨ ਕ੍ਰਿਸ਼ਨ ਤਾਂ ਕਹਿੰਦੇ ਇੰਨਾ ਮਾਣ ਮੈਨੂੰ ਮਿਲਿਆ ਹੈ, ਮੈਨੂੰ ਪਹਿਲਾਂ ਹੀ ਪਤਾ ਸੀ ਗੁਰੂ ਦੇ ਵਾਰ ਤੋਂ ਕਿ ਮੇਰੇ ਕੋਲ ਆਉਣ ਵਾਲੇ ਨੇ ਸ਼ਿਸ਼ ਦੇ ਰੂਪ ਵਿੱਚ, ਆਪ ਨਰੈਣ, ਆਪ ਹਰੀ। ਆਪ ਹਰੀ ਆਉਣ ਵਾਲੇ ਨੇ, ਇਹ ਮਾਣ ਮਿਲਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ, ਅੱਜ ਇਹੋ ਜਿਹਾ ਸਮਾਂ ਹੈ। ਇੱਥੋਂ ਸਾਰੇ ਹੀ ਗੁਜ਼ਰੇ ਨੇ, ਬੜਿਆਂ ਬੜਿਆਂ ਦੀਆਂ ਪ੍ਰੀਖਿਆ ਹੋਈਆਂ ਨੇ, ਬੜੇ ਬੜੇ ਮੂੰਹ ਮੋੜ ਗਏ ਆ, ਕਈ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਆ, ਕਈ ਘਰ ਛੱਡ ਕੇ ਪਾਸੇ ਚਲੇ ਜਾਂਦੇ ਆ, ਕਿਤੇ ਸਾਡੇ ਘਰ ਗੁਰੂ ਸਾਹਿਬ ਨਾ ਆ ਜਾਣ। ਪਰ ਜਿਨ੍ਹਾਂ ਨੇ ਤਨ ਮਨ ਮਾਰਿਆ ਹੋਇਆ ਉਹ ਉਡੀਕਦੇ ਆ, ਗੁਰੂ ਆਉਣਗੇ ਬਾਜਾਂ ਵਾਲੇ, ਕਿਰਪਾ ਕਰਨਗੇ, ਚਰਨ ਪਾਉਣਗੇ। ਸਰਵ ਸ਼ਕਤੀਆਂ ਦੇ ਮਾਲਕ ਨੇ। ਅਰਨਾਲ ਦੇ ਹੀ ਲਾਗਲੇ ਪਿੰਡ ਵਿੱਚ ਗੁਰੂ ਸਾਹਿਬ ਆਏ ਲੰਮੇ ਜੱਟਪੁਰੇ, ਇੱਥੇ ਗੁਰੂ ਸਾਹਿਬ ਦੇ ਘੋੜੇ ਦਾ ਕੜਿਆਲਾ ਜਿਹੜਾ ਮੂੰਹ 'ਚ ਪਾਇਆ ਹੁੰਦਾ ਹੈ ਲੋਹਾ ਜਿਹਾ, ਉਹ ਕੜਿਆਲਾ ਲਗਾਮ ਹੱਥ ਵਿੱਚ ਹੁੰਦੀ ਨਾ ਘੋੜੇ ਦੀ, ਉਹ ਜਿਹੜਾ ਮੂੰਹ 'ਚ ਪਾਇਆ ਹੁੰਦਾ ਕੜਿਆਲਾ ਉਹ ਟੁੱਟ ਗਿਆ। ਗੁਰੂ ਸਾਹਿਬ ਕਹਿੰਦੇ ਵੀ ਇਹ ਕਿਹੜਾ ਬਣਾਏਗਾ, ਲੋਹੇ ਦਾ ਕੰਮ ਸੀ, ਅੱਜ ਕੱਲ੍ਹ ਦੀਆਂ ਫੈਕਟਰੀਆਂ ਖਰਾਦ ਨਹੀਂ ਸੀ, ਹੱਥ ਨਾਲ ਹੀ ਹੁੰਦਾ ਸੀ ਗਰਮ ਠੰਡਾ ਕਰਕੇ ਸਭ ਕੁਝ, ਖਰਾਦ ਦਾ ਯੁੱਗ ਨਹੀਂ ਸੀ, ਅੱਜ ਖਰਾਦ ਦਾ ਯੁੱਗ ਹੈ। ਇੱਕੋ ਹੀ ਮਿਸਤਰੀ ਸੀ ਪਿੰਡ 'ਚ, ਉਹਦੇ ਕੋਲ ਸਿੱਖ ਕੜਿਆਲਾ ਲੈ ਕੇ ਵੀ ਗੁਰੂ ਸਾਹਿਬ ਦੇ ਘੋੜੇ ਦਾ ਕੜਿਆਲਾ ਹੈ, ਇਹਨੂੰ ਠੀਕ ਕਰਦੇ। ਉਹਨੇ ਕੜਿਆਲਾ ਵੀ ਠੀਕ ਕਰਤਾ, ਇੱਕ ਹੋਰ ਬਣਾ ਤਾ ਨਵਾਂ ਉਹ ਜਿਹਾ।
ਉਹ ਵੀ ਠੀਕ ਕਰਦਾ ਉਸੇ ਤਰ੍ਹਾਂ। ਸਿੱਖ ਲੈਣ ਗਏ ਕਹਿੰਦੇ ਵੀ ਨਹੀਂ ਮੈਂ ਭੇਟਾ ਦੱਸ ਕੀ ਪੈਸੇ ਕਿੰਨੇ, ਕਹਿੰਦੇ ਉਹ ਵੀ ਤਿਆਰ ਹੈ ਨਵਾਂ ਵੀ ਬਣ ਗਿਆ ਇਹਦੀ ਭੇਟਾ ਬਹੁਤ ਵੱਡੀ। ਕਹਿੰਦੇ ਦੱਸੋ ਜਿਹੜੀ ਭੇਟਾ ਤੁਹਾਡੀ ਦਿਆਂਗੇ ਮਿਸਤਰੀ ਦੀ ਭੇਟਾ ਬਣਦੀ, ਨਵਾਂ ਵੀ ਲੈ ਲਓ ਪੁਰਾਣਾ ਵੀ ਲੈ ਜਾਓ ਭੇਟਾ ਜੀ ਭੇਟਾ ਬਹੁਤ ਦੱਸੋ। ਕਹਿੰਦੇ ਗੁਰੂ ਗੋਬਿੰਦ ਸਿੰਘ ਮੈਨੂੰ ਇੱਕ ਛਿਨ ਦਰਸ਼ਨ ਦੇ ਜਾਣਾ ਇਸ ਯੁੱਗ ਦੇ ਮਾਲਕ ਨੇ ਰੱਬ ਨੇ, ਮੈਂ ਜੁੜਿਆ ਬੈਠਾ ਮੇਰੇ ਹੱਥ ਪੈਰ ਜੁੜ ਗਿਆ, ਮੈਂ ਬੈਠਾ ਹੀ ਕੰਮ ਕਰਦਾ ਬੜੇ ਸਾਲਾਂ ਗੋਡੇ ਜੁੜੇ ਪੈਣੇ ਬਾਕੀ ਸਰੀਰ ਜੁੜਿਆ ਪਿਆ ਪਰ ਥੋੜੇ ਜਿਹੇ ਹੱਥ ਠੀਕ ਨੇ ਬਾਕੀ ਸਾਰਾ ਸਰੀਰ ਜੁੜਿਆ ਪਿਆ। ਐਵੇਂ ਮੈਨੂੰ ਚੱਕ ਕੇ ਰੱਖ ਜਾਂਦੇ ਚੱਕ ਕੇ ਇੱਧਰ ਉੱਧਰ ਕਰਦੇ ਆ ਤੇ ਮੈਂ ਕਲਗੀਧਰ ਪਾਤਸ਼ਾਹ ਦਾ ਰਾਹ ਉਡੀਕ ਰਿਹਾ ਬਹੁਤ ਦੇਰ ਤੋਂ। ਮੈਂ ਸੁਣਿਆ ਗੁਰੂ ਦਸਮਾਂ ਜਾਮਾ ਪ੍ਰਗਟ ਹੋਇਆ ਏ ਤੇ ਆਨੰਦਪੁਰ ਵਿੱਚ ਵੱਸਦੇ ਆ, ਉਦੋਂ ਹੀ ਮੈਂ ਉਡੀਕ ਰਿਹਾ ਮੈਂ ਆਨੰਦਪੁਰ ਨਹੀਂ ਜਾ ਸਕਿਆ ਪਰ ਆਨੰਦਪੁਰ ਵਾਲੇ ਨੂੰ ਬੈਠਾ ਅਰਦਾਸਾ ਕਰਦਾ ਸੀ ਮੇਰੇ ਕਾਰਨ ਹੀ ਗੁਰੂ ਸਾਹਿਬ ਅੱਜ ਆਇਆ ਤੇ ਮੈਨੂੰ ਮੇਰੇ ਕੋਲੋਂ ਦੀ ਲੰਘ ਜਾਣ ਬਸ ਆਖੋ ਦਰਸ਼ਨ ਦੇ ਜਾਣ ਇੰਨੀ ਕਿਰਪਾ ਕਰਦੇ। ਇਹ ਭੇਟਾ ਮੈਂ ਗੁਰੂ ਸਾਹਿਬ ਨੂੰ ਆਪਣੇ ਹੱਥੀ ਦੇਵਾਂ ਮੇਰੇ ਫੁਰਨਾ ਬਹੁਤ ਦੇਰ ਦਾ ਜੁੜਿਆ ਹੋਇਆ ਬੈਠਾ ਉਹਨਾਂ ਦਾ ਨਾਮ ਜਪਦਾ ਤੇ ਆਪਦੀ ਕਿਰਤ ਕਰਦਾ ਆਖੋ ਸੀ ਤੇ ਉਹਨਾਂ ਦਾ ਰਾਹ ਉਡੀਕਦਾ ਹਰ ਵਕਤ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਏ ਮਾਰਗ ਦਿਖਲਾਵੇ, ਕੋਈ ਆ ਜਾਏ ਮੈਨੂੰ ਰੱਬ ਦਾ ਰਾਹ ਦਿਖਾਵੇ। ਤੇ ਕਲਗੀਧਰ ਪਾਤਸ਼ਾਹ ਨੂੰ ਸਿੱਖਣ ਕਿਹਾ ਜੀ ਉਹ ਨਹੀਂ ਦਿੰਦਾ, ਕਹਿੰਦਾ ਮਹਾਰਾਜ ਆਪ ਗੁਰੂ ਸਾਹਿਬ ਕਹਿੰਦੇ ਠੀਕ ਹੈ ਆਪਣਾ ਜਾਣਾ ਹੀ ਹੈ ਸਮਾਂ ਥੋੜ੍ਹਾ ਹੈ ਅਤੇ ਹੁਣ ਆਪਣੀਆਂ ਤਿਆਰੀਆਂ ਉੱਧਰੋਂ ਦੀ ਨਿਕਲ ਜਾਣਗੀਆਂ। ਮਹਾਰਾਜ ਉਸ ਪਾਸੇ ਨੂੰ ਹੋ ਗਏ ਘੋੜੇ 'ਤੇ ਹੀ ਚੜ੍ਹੇ ਹੋਏ, ਇਹਨੂੰ ਕਹਿੰਦੇ ਮਿਸਤਰੀ ਆ ਲਿਆ ਫਿਰ ਸਾਡਾ ਘੜਿਆਲਾ। ਬਸ ਇਹਨੇ ਮਾਰੀ ਜ਼ੋਰ ਦੀ ਉਛਲਿਆ ਸੜਕ ਮਾਰੀ ਦੇ ਜੋੜ ਜਾੜ ਖੁੱਲ ਕੇ ਖੜਾ ਹੋ ਗਿਆ ਆਪਣੇ ਹੱਥੀ ਦੋਵੇਂ ਘੜਿਆਲੇ ਮਹਾਰਾਜ ਦੇ ਪੇਟ ਕੀਤੇ ਚਰਨ ਸੀ ਥੱਲੇ ਪੇਟ ਕਰਕੇ ਫਿਰ ਚਰਨ ਮਹਾਰਾਜ ਦੇ ਫੜ ਲੈਣੇ ਆਖੋ ਸੀ ਬਸ ਚਰਨਾਂ ਦਾ ਆਨੰਦ ਮਾਣਿਆ ਤੇ ਮਹਾਰਾਜ ਗੁਰੂ ਸਾਹਿਬ ਕਹਿੰਦੇ ਇਹਦੀ ਕੀਮਤ ਦੱਸ। ਕਹਿੰਦਾ ਜੀ ਆਪ ਜੀ ਨੇ ਇੰਨਾ ਕੁਝ ਦੇਤਾ ਹੈ ਦਰਸ਼ਨ ਦਿੱਤੇ ਨੇ ਬੜੀ ਬਖਸ਼ਿਸ਼ ਕਰਦੀ ਹੈ ਮੈਂ ਇਹਦੀ ਭੇਟਾ ਇਹਦਾ ਕਰਜ਼ਾ ਉਤਾਰ ਨਹੀਂ ਸਕਦਾ ਜਿਹੜੇ ਆਪ ਨੇ ਦਰਸ਼ਨ ਦਿੱਤੇ। ਕਹਿੰਦੇ ਨਹੀਂ ਵੀ ਤੂੰ ਮਿਸਤਰੀ ਹੈ ਆਪਦੀ ਭੇਟਾ ਜ਼ਰੂਰ ਮੰਗ ਮਹਾਰਾਜ ਤੁਸੀਂ ਇੰਨਾ ਕੁਝ ਦੇਤਾ ਹੈ। ਅੱਜ ਉਸ ਸਮੇਂ ਮੈਨੂੰ ਦਰਸ਼ਨ ਦਿੱਤੇ ਆ ਜਦੋਂ ਘਰ ਬਾਰ ਵੀ ਗਿਆ ਪਰਿਵਾਰ ਪੁੱਤਰ ਵੀ ਗਏ ਇਸ ਸਮੇਂ 'ਚ ਕਿਸੇ ਨੂੰ ਨੀਂਦਰ ਨਹੀਂ ਆਉਂਦੀ ਰੋਟੀ ਪਾਣੀ ਨਹੀਂ ਲੰਘਦਾ ਤੇ ਇੰਨੇ ਔਖੇ ਸਮੇਂ ਤੁਸੀਂ ਮੇਰੇ ਨੂੰ ਦਰਸ਼ਨ ਦੇਣ ਆਏ ਜੇ ਇਹਦੇ ਮੈਂ ਭਾਰ ਕਿਵੇਂ ਲਾਵਾਂਗਾ ਆਖੋ ਸੀ ਇਹਦੇ ਕਿਵੇਂ ਕਰਜ਼ੇ ਉਤਾਰਾਂਗਾ। ਅਸੀਂ ਕਰਜ਼ਾ ਕਲਗੀਧਰ ਪਾਤਸ਼ਾਹ ਦਾ ਦੇ ਨਹੀਂ ਸਕਦੇ। ਕਹਿੰਦੇ ਨਹੀਂ ਭਾਈ ਮਿਸਤਰੀ ਤੇਰੀ ਤਾਂ ਕੀਮਤ ਅਸੀਂ ਦੇਣੀ ਦੇਣੀ ਹੈ। ਕਹਿੰਦੇ ਮਹਾਰਾਜ ਫਿਰ ਤਿਆਰ ਹੋਏ ਜੇ ਕੀਮਤ ਦੇਣੀ ਹੈ ਤੇ ਆਹ ਜਿਹੜੇ ਚਰਨ ਮੇਰੇ ਹੱਥ ਵਿੱਚ ਨੇ ਨਾ ਤੁਹਾਡੇ ਇਹਨਾਂ ਵਿੱਚ ਮੇਰਾ ਸਦਾ ਹੀ ਨਿਵਾਸ ਰਹੇ ਆਖੋ ਸੀ ਜੇ ਬਖਸ਼ਿਸ਼ ਤਿਆਰ ਹੋਏ ਜੇ ਦਰਸ਼ਨ ਦਿੱਤੇ ਆ
ਹੁਣ ਮੈਨੂੰ ਚਰਨਾਂ ਵਿੱਚ ਸਦਾ ਲਈ ਨਿਵਾਸ ਦੇ ਦਿਓ, ਮੇਰਾ ਤੁਹਾਡੇ ਚਰਨਾਂ ਵਿੱਚ ਹੀ ਰਹੇ ਸਿਰ। ਪੜ੍ਹ ਲਓ ਸਾਰੇ ਰਾਹੀ ਤੂੰ ਜਾਣੇ ਵਾਲੇ ਓ ਰਾਹੀ ਤੂੰ ਜਾਣੇ ਵਾਲੇ ਸਾਡਾ ਇੱਕ ਸੁਨੇਹਾ ਦੇਣ ਯਾਦ ਤੇਰੀ ਵਿੱਚ ਜੀਵਨ ਮੇਰਾ ਰੱਖ ਚਰਨਾ ਵਿੱਚ ਓ ਰਾਹੀ ਤੂੰ ਜਾਣੇ ਵਾਲੇ ਇੱਕ ਸੁਨੇਹਾ ਦੇਣਾ ਯਾਦ ਤੇਰੀ ਜੀਵਨ ਮੇਰਾ ਰੱਖ ਚਰਨਾ ਵਿੱਚ ਲੈਣਾ ਤੇਰੀ ਵਿੱਚ ਜੀਵਨ ਮੇਰਾ ਰੱਖ ਚਰਨਾ ਵਿੱਚ ਲੈਣਾ ਓ ਰਾਹੀ ਤੂੰ ਜਾਣੇ ਵਾਲੇ ਮੇਰਾ ਇੱਕ ਸੁਨੇਹਾ ਦੇਣਾ ਯਾਦ ਤੇਰੀ ਵਿੱਚ ਜੀਵਨ ਮੇਰਾ ਰੱਖ ਚਰਨਾ ਵਿੱਚ ਲੈਣਾ ਚਰਨਾ ਵਿੱਚ ਲੈਣਾ ਜੀ ਓ ਰਾਹੀ ਤੂੰ ਜਾਣੇ ਵਾਲ ਮੇਰਾ ਇੱਕ ਸੁਨੇਹਾ ਕਹਿਣਾ ਯਾਦ ਤੇਰੀ ਵਿੱਚ ਜੀਵਨ ਮੇਰਾ ਰੱਖ ਚਰਨਾ ਵਿੱਚ ਲੈਣਾ ਕਰ ਪੁੱਛੇ ਤੂੰ ਹਾਲਿਆ ਸਾਡਾ ਬੈਠ ਘੜੀ ਗੁਰੂ ਮੇਰੇ ਹੋਰੇ ਇਲਾਜ ਨਾ ਦਿਸੇ ਗੋਇਆ ਬਾਜੋ ਦਰਸ਼ਨ ਤੇਰੇ ਕਰ ਪੁੱਛੇ ਹਾਲਿਆ ਸਾਡਾ ਬੈਠ ਘੜੀ ਗੁਰੂ ਮੇਰੇ ਹਲਾਜ ਨਾ ਦਿਸੇ ਗੋਇਆ ਬਾਜੋ ਦਰਸ਼ਨ ਤੇਰੇ ਜੇਕਰ ਪੁੱਛੇ ਤੂੰ ਹਾਲਿਆ ਸਾਡਾ ਬੈਠ ਘੜੀ ਗੁਰ ਮੇਰੇ ਹੋਰ ਹਲਾਜ ਨਾ ਦਿਸੇ ਗੋਇਆ ਬਾਜੋ ਦਰਸ਼ਨ ਤੇਰੇ ਹੋ ਮੇਰੀ ਅਰਜ ਗੁਰੂ ਜੀ ਮੇਰਾ ਏ ਦਾਹੀ ਸਮਾਵੇ ਸਿਰ ਮੇਰਾ ਚਰਨਾ ਤੇ ਹੋਵੇ ਜਿੰਦਗੀ ਸਦਕੇ ਜਾਵੇ ਹੋ ਮੇਰੀ ਅਰਜ ਗੁਰੂ ਜੀ ਮੇਰਾ ਏ ਦਾਹੀ ਸਮਾਵੇ ਮੇਰਾ ਚਰਨਾ ਦੇ ਹੋਵੇ ਜਿੰਦੜੀ ਸਦਕੇ ਜਾਵੇ ਇਹੋ ਮੇਰੀ ਅਰਜ ਗੁਰੂ ਜੀ ਮੇਰਾ ਇਹ ਤਾਂ ਸਮਾਂ ਵਿਹਾਵੇ ਫਿਰ ਮੇਰਾ ਚਰਨਾ ਦੇ ਹੋਵੇ ਜਿੰਦੜੀ ਸਦਕੇ ਜਾਵੇ ਹੋ ਮੇਰੀ ਅਰਜ ਗੁਰੂ ਜੀ ਸਮਾਂ ਵਿਹਾਵੇ ਸਿਰ ਮੇਰਾ ਚਰਨਾ ਦੇ ਹੋਵੇ ਜਿੰਦੜੀ ਸਦਕੇ ਜਾਵੇ ਹੋ ਮੇਰੀ ਅਰਜ ਗੁਰੂ ਜੀ ਇਹਦਾ ਸਮਾਂ ਵਿਹਾਵੇ ਸਿਰ ਮੇਰਾ ਚਰਨਾ ਦੇ ਹੋਵੇ ਸਦਕੇ ਜਾਵੇ ਜੀ ਇਹ
हो मेरी अर्ज गुरु जी मेरा ऐदा ही समा बिहावे सिर मेरा चरना ते होवे मेरी जिंदड़ी सदके जावे हो मेरी अर्ज गुरु जी मेरा ऐदा ही समा बिहावे सिर मेरा चरना ते होवे जिंदड़ी सदके जावे जान वाले राईया वे मित्र प्यारे नू कहना याद तेरी विच जीवन मेरा रख चरना विच लेना जान वाले राईया वे मेरे मित्र प्यारे नू कहना याद तेरी विच जीवन मेरा रख चरना विच लेना जाने वाले राईया वे मेरे मित्र प्यारे नू कहना याद तेरी विच जीवन मेरा रख चरना विच लेना जान वाले राईया वे मेरे मित्र प्यारे नू कहना याद तेरी विच जीवन मेरा चरना विच ले मेनू रख चरना विच लेना प्यारे रख चरना विच लेना ए तन मेची बह करी जे को ले विचारी मैं लग जां गुरु दे लेके इस मिस्त्री दा शरीर जुड़िया दुख वेले बंदे नू राबी चेते होता है किरत करता है नाम जपदा है गुरु साहब दा राह उड़ीकदा है अरदासां करदा अज गुरु साहब आ गए दर्शन दे गए पल दी पल अपने हथां नाल पेकड़े आले गुरु साहब नू फड़ाए चरना ते इसे रखिया जन्मा जन्मा दे दुख दूर हो गए जन्म जन्म का दुख नुबारे सूखा मन सदारे दर्शन पेड़ तो होत निहला हर का नाम बिचारे बस महाराज लंघ गया गुरु कलगिया वाला मेरी अखां दे अगो सही हो कहिंदे मेरा गुरु कलगियां वाला अखां दे सामने लंघिया पर जान साडी जानी पिछे नैना रस्ते गई हो अखां दे राही मेरी जान ही लै गया कढ़ के आखो से उस जानी दे पिछे मेरी जान चली गई अखां दे राही हुण मेरा वजूद ही फिरदा है जान मेरी कलगी तर पातशाह दे चरणां च गई आखो नाल ही जान जानी दे मगर चली गई अखां दे राही अगो लंघे ही ने बस ओ सूरत मैनू भुलदी नहीं ओ गुरु दे दर्शन भुलदे नहीं ओ समा भुलदा नहीं मिस्त्री दा वजूद ही रह गया हुण बस सब कुछ गुरु गोबिंद सिंह दे दर्शनां दे नाल ही तुर गया सारे दुख दलिद्र खत्म हो गए धन गुरु गोबिंद सिंह जी महाराज हुण हुक्मनामा सरवण करो इत्थे आपां गुरु साहब दीआं बरातां बतीत कर रहे हैं चरणा च मां संपड़ पाठ अज शुरू होने ते उही समा बनिया पिया है सारिआं नूं कहा भाई पाठी सिंह सेवादार माई भाई आण के पाठां च लगो भी दिन अंदर कट लोगे गुरु साहब दे नाल दिन बिता लो ते समें बणदे रहे गुरु दे पिछे मैनूं कोई भी होना पए
ਕਹਿੰਦੇ ਭੀਲਣੀ ਨੇ ਭਗਤੀ ਕੀਤੀ ਸੀ ਪਿਛਲੇ ਜਨਮ ਤੇ ਵਰ ਮੰਗਿਆ ਸੀ, ਪ੍ਰਭੂ ਸਾਕਸ਼ਾਤ ਮੇਰੇ ਘਰ ਆਓ, ਮੇਰੇ ਹੱਥਾਂ ਦਾ ਪਦਾਰਥ ਖਾਓ। ਉਹਨਾਂ ਕਿਹਾ ਫਿਰ ਤੈਨੂੰ ਸਭ ਕੁਝ ਮਨਜ਼ੂਰ ਕਰਨਾ ਪਏਗਾ, ਜਾਤੋਂ ਕੁਜਾਤ, ਰੂਪੋਂ ਕੁਰੂਪ, ਸੁੱਖੋਂ ਦੁੱਖ, ਸਭ ਕੁਝ ਮਨਜ਼ੂਰ ਕਰਨਾ। ਕਹਿੰਦੀ ਮੈਨੂੰ ਮਨਜ਼ੂਰ ਹੈ, ਕਹਿੰਦੇ ਰੂਪ ਕੁਰੂਪ ਹੋ ਜਾਏਗਾ, ਮਨਜ਼ੂਰ ਹੈ, ਮੈਨੂੰ ਰੂਪ ਦੀ ਲੋੜ ਨਹੀਂ, ਮੈਨੂੰ ਉੱਚੀ ਜਾਤ ਦੀ ਲੋੜ ਨਹੀਂ, ਵੱਡੇ ਸੁੱਖਾਂ ਵਾਲੇ ਘਰਾਂ ਦੀ ਲੋੜ ਨਹੀਂ, ਸੁੱਖਾਂ ਦੀ ਲੋੜ ਨਹੀਂ, ਦੁੱਖ ਵੀ ਦੇ ਦਿਓ, ਰੰਗ ਵੀ ਕਰੂਪ ਕਰ ਦਿਓ, ਜਾਤੋਂ ਕੁਜਾਤ ਵੀ ਕਰ ਦਿਓ, ਘਰੋਂ ਬੇਘਰ ਵੀ ਕਰ ਦਿਓ, ਪਰ ਮੇਰੇ ਘਰ ਆ ਜਾਇਆ ਜੇ ਆਖੋ ਦਰਸ਼ਨ। ਸਾਰੇ ਸੁੱਖ ਛੱਡੇ, ਕਹਿੰਦੇ ਫਿਰ ਤੇਰੇ ਕੋਲ ਆਵਾਂਗੇ, ਰਿਸ਼ੀ ਮੁਨੀ ਛੱਡ ਕੇ, ਰਾਜ ਤਖਤ ਛੱਡ ਕੇ, ਅਯੁੱਧਿਆ ਦਾ ਰਿਸ਼ੀ ਮੁਨੀਆਂ ਨੂੰ ਛੱਡ ਕੇ, ਸਾਰੇ ਸੁੱਖ ਛੱਡ ਕੇ ਤੇ ਤੇਰੇ ਕੋਲ ਆਵਾਂਗੇ, ਸਾਰੇ ਪਦਾਰਥ ਛੱਡ ਕੇ ਤੇਰੇ ਝੂਠੇ ਬੇਦ ਖਾਵਾਂਗੇ। ਆਖੋ ਜੇ ਤੂੰ ਸਭ ਕੁਝ ਸਹਿਣ ਕਰੇਗੀ ਗੁਰੂ ਪਿੱਛੇ, ਤੇ ਗੁਰੂ ਵੀ ਤੇਰੇ ਪਿੱਛੇ ਸਭ ਕੁਝ ਵਾਰ ਦੇਗਾ। ਆਖੋ ਜੇ ਭੀਲਣੀ ਨੇ ਘਰ ਵਾਰਿਆ ਤੇ ਰਾਮ ਚੰਦਰ ਜੀ ਮਹਾਰਾਜ ਰਾਜ ਤਖਤ ਵਾਰ ਕੇ, ਜੇ ਜੰਗਲਾਂ ਵਿੱਚ ਆਈਏ ਬਣਵਾਸ ਲੈ ਕੇ ਆਏ, ਸੁੱਖ ਵਾਰਿਆ, ਮਹਾਰਾਜ ਨੇ ਸੁੱਖ ਛੱਡੇ, ਭਗਤਾਂ ਪਿੱਛੇ ਸਦਾ ਹੀ ਕਰਦੇ ਰਹਿਣੇ ਸੇਵਕਾਂ ਪਿੱਛੇ, ਆਪਦਿਆਂ ਭਗਤਾਂ ਪਿੱਛੇ, ਮੈਂ ਭਗਤ ਭਗਤ ਮੇਰੇ ਆ, ਮੈਂ ਭਗਤਾਂ ਦਾ ਭਗਤ, ਜਿੱਤੇ ਮੈਂ ਹਾਰੇ, ਜੋ ਜੋ ਦਿਸੇ ਭਗਤ ਵਿਰੋਧੀ ਚੱਕਸ਼ ਦਰਸ਼ਨ ਮਾਰੂ, ਜਿਹੜਾ ਭਗਤਾਂ ਦਾ ਵੈਰੀ ਹੋ ਮੈਂ ਦਰਸ਼ਨ ਚੱਕਰ ਮਾਰ ਕੇ ਖਤਮ ਕਰ ਦਿਆਂ। ਮੈਂ ਭਗਤਨ ਕਾ ਭਗਤ ਹਮਾਰੇ, ਭਗਤ ਜਿੱਤੇ ਮੈਂ ਹਾਰੂ, ਜੋ ਜੋ ਦਿਸੇ ਭਗਤ ਵਿਰੋਧੀ ਚੱਕਸ਼ ਦਰਸ਼ਨ ਮਾਰੂ। ਭਗਤੀ ਦਾ ਨਾਤਾ ਵੇਖ ਕੇ ਭਗਵਾਨ ਕ੍ਰਿਸ਼ਨ ਕਹਿੰਦੇ ਆ, ਮੈਂ ਰੱਥ ਹਾਂਕਤਾ ਤੇਰੋ, ਮੈਂ ਤੇਰਾ ਰੱਥ ਤੋਰਨ ਵਾਲਾ ਬਣਿਆ ਹੋਇਆ ਹੈ ਅਰਜਨ, ਭਗਤੀ ਦੇ ਨਾਤੇ ਨਾਲ। ਹਮੇਸ਼ਾ ਹਰ ਯੁੱਗ ਦੇ ਵਿੱਚ ਭਗਤਾਂ ਦੇ ਪਿੱਛੇ ਸਭ ਕੁਝ ਕੀਤਾ ਹੈ, ਭਗਤਾਂ ਨੇ ਵੀ ਆਪਣੇ ਪ੍ਰਭੂ ਪਿੱਛੇ ਸਭ ਕੁਝ ਵਾਰਿਆ ਹੋਇਆ। ਹੁਕਮਨਾਮਾ ਸਰਵਣ ਕਰੋ ਅੱਜ ਸਗਾ। ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾ